ਇੱਕ ਮਿੰਟ, ਸਬਕਾਂ ਨੂੰ ਬੰਦ ਰੱਖਾਂਗੇ ਅਸੀਂ ਸਭ ਜਗ੍ਹਾ। ਡਾਇਰੈਕਟਰ ਪਰਮੇਸ਼ਵਰ ਔਰ ਅਸੀਂ ਪ੍ਰਾਰਥਨਾ ਕਰਾਂਗੇ ਅੱਜ ਦੇ ਪਵਿੱਤਰ ਕਲਾਮ ਦੇ ਵਾਸਤੇ ਕਿ ਪਰਮੇਸ਼ਵਰ ਸਭ ਜਗ੍ਹਾ, ਸਭ ਵੱਲੋਂ ਪਰਮੇਸ਼ਵਰ ਅੱਜ ਦਾ ਵਚਨ ਮੇਰੇ ਵਾਸਤੇ ਹੋਵੇ, ਅੱਜ ਦਾ ਵਚਨ ਮੇਰੀ ਭਲਾਈ ਵਾਸਤੇ ਹੋਵੇ, ਅੱਜ ਦਾ ਵਚਨ ਸ਼ੈਤਾਨ ਚੁਰਾ ਕੇ ਨਾ ਕਰੇ, ਅੱਜ ਦਾ ਵਚਨ ਸੁਣਨ ਤੋਂ ਬਾਅਦ ਵਿੱਚ ਮੈਂ ਆਪਣੀ ਜ਼ਿੰਦਗੀ ਦੇ ਵਿੱਚੋਂ ਹਰ ਇੱਕ ਪਾਪ ਹਰ ਇੱਕ ਗੁਨਾਹ ਕੱਢ ਦਿਆਂਗਾ ਔਰ ਇਹ ਸਾਰਾ ਜੀਵਨ ਪ੍ਰਭੂ ਯਿਸੂ ਮਸੀਹ ਨੂੰ ਦੇ ਦਿਆਂਗਾ। ਆਮੇਨ, ਹਾਲੇਲੂਇਆ, ਹਾਲੇਲੂਇਆ। ਸਭ ਨੂੰ ਜੈ ਮਸੀਹ ਜੀ। ਮੇਰਾ ਨਾਮ ਪਾਸਟਰ ਬੰਟੀ ਔਰ ਮੈਂ ਰਜੇ ਦਾ ਰਹਿਣ ਵਾਲਾ ਹੈਗਾ। ਮੈਂ ਥੋੜੇ ਜਿਹੇ ਸ਼ਬਦਾਂ 'ਚ ਆਪਣੀ ਗਵਾਹੀ ਵੀ ਦਊਂਗਾ। ਪਾਠਕ ਸਾਹਿਬ ਕਹਿ ਰਹੇ ਸੀ ਕਿ ਅਸੀਂ ਥੋੜੇ ਸਮੇਂ ਦੇ ਵਿੱਚ ਵਚਨ ਨੂੰ ਵੇਖਾਂਗੇ ਕਿਉਂਕਿ ਠੰਡ ਬਹੁਤ ਆ। ਕਿੰਨੇ ਲੋਕ ਤੁਹਾਡੇ ਤੋਂ ਪਹਿਲਾਂ ਜਗਰਾਤਾ ਵੇਂਦੇ ਰਹੇ ਹੈਗੇ? ਜਗਰਾਤਾ ਅਸੀਂ ਸਭ ਕਰਦੇ ਰਹੇ, ਮੈਂ ਵੇਂਦਾ ਰਹੇ ਹੈਗਾ। ਜਗਰਾਤਾ ਕਿੰਨਾ ਚਿਰ ਹੁੰਦਾ? ਸਾਰੀ ਰਾਤ। ਅੱਜ ਮਸੀਹ ਜਾਗਣਾ। ਤਿਆਰ ਆ ਤੁਸੀਂ? ਸਭ ਤੋਂ ਜ਼ਿਆਦਾ ਸ਼ੈਤਾਨ ਤੁਹਾਨੂੰ ਤੁਹਾਡੇ ਮਨ ਨੂੰ ਉਦੋਂ ਸੌਗਾ ਜਦੋਂ ਮਸੀਹ ਬੰਦਗੀ ਹੋਊਗੀ। ਓਏ ਰਹਿਣ ਦੇ ਘਰ ਜਾ ਕੇ ਬਹਿ ਜਾ। ਸਾਡੇ ਲਾਗੇ ਬਿਆਸ ਪੈਂਦਾ ਹੈਗਾ ਰਹੀਏ ਦੇ, ਸਵੇਰੇ 4 ਵਜੇ ਕਈ ਲੋਕ ਰਾਤ ਹੀ ਜਾ ਕੇ ਬਹਿ ਜਾਂਦੇ ਉੱਥੋਂ ਦਵਾਈ ਲੈਣ ਵਾਸਤੇ ਲਾਈਨ ਦੇ ਵਿੱਚ। ਪਤਾ ਹੋਊਗਾ ਸ਼ਾਇਦ ਤੁਹਾਡੇ ਤੇ ਇਧਰੋਂ ਨਹੀਂ ਜਾਂਦੇ ਹੈਗੇ, ਰਾਤ ਹੀ ਜਾ ਕੇ ਲੋਕ ਬਹਿ ਜਾਂਦੇ ਆ। ਠੰਡ ਜਿੰਨੀ ਮਰਜ਼ੀ ਹੋਵੇ। ਇੱਕ ਹੋਰ ਹੀ ਸਾਡੇ ਇੱਥੇ ਪਤਾ ਨੀ ਕਿਹੜੀ ਥੈਰੇਪੀ ਥੁਰਪੀ ਦਿੰਦੇ ਹੈਗੇ, ਇੱਕ ਹੋਸਪਿਟਲ ਹੈਗਾ ਰਹੀਏ ਦੇ ਵਿੱਚ, ਉੱਥੇ ਲੋਕ ਰਾਤ 2 ਵਜੇ ਜਾ ਕੇ ਲਾਈਨ ਲਾ ਦਿੰਦੇ ਆ। ਉਹ ਕੀ ਕਰਦੇ ਕਿ ਤਾਂ ਲਿਫਾਫੇ ਰੱਖਣੇ ਸ਼ੁਰੂ ਕਰਦੇ, ਇੱਕ ਰੱਸੀ ਪਾਈ ਹੁੰਦੀ ਆ, ਔਰ ਆਪ ਉਹ ਬੈਠਣ ਦੇ ਚਾਹ ਵੀ ਕੇਤਲੀਆਂ 'ਚ ਪਾ ਕੇ ਉਹ ਥਰਮੋਸ 'ਚ ਲੈ ਕੇ ਜਾਂਦੇ ਹੈਗੇ ਆ। ਔਰ ਸਵੇਰੇ 10 ਵਜੇ ਹੋਸਪਿਟਲ ਖੋਲਦਾ ਆ, ਉਹ ਪ੍ਰੈਸ ਪਰੋਸੀ ਲਾ ਕੇ ਬੰਦਿਆਂ ਨੂੰ ਠੀਕ ਕਹਿੰਦੇ ਕਰਦੇ ਹੈਗੇ ਆ। ਉਹ ਸਿਰਫ ਇੱਕ ਪ੍ਰੈਸ ਲਵਾਉਣ ਦਾ ਕਰਕੇ ਉਹ 7-8 ਘੰਟੇ ਠੰਡ ਦੇ ਵਿੱਚ ਮਰਦੇ ਆ। ਹਾਲੇਲੂਇਆ, ਹਾਲੇਲੂਇਆ। ਅਸੀਂ ਹੋਸਪਿਟਲਾਂ ਦੇ ਗਾੜੀ, ਏਦਾਂ ਦੀਆਂ ਚੀਜ਼ਾਂ ਦੇ ਗਾੜੀ ਤੇ ਸਾਰੀ ਸਾਰੀ ਰਾਤ ਬੈਠ ਸਕਦੇ ਹਾਂ, ਪ੍ਰਭੂ ਦੇ ਅੱਗੇ ਕਿਉਂ ਨਹੀਂ ਬੈਠ ਸਕਦੇ? 2009 ਦੇ ਵਿੱਚ ਪ੍ਰਭੂ ਯਿਸੂ ਮਸੀਹ ਨੇ ਮੈਨੂੰ ਚੁਣ ਲਿਆ, ਕਿਉਂਕਿ ਮੈਂ ਪ੍ਰਭੂ ਨੂੰ ਨਹੀਂ ਚੁਣ ਸਕਦਾ। ਬਾਈਬਲ 'ਚ ਲਿਖਿਆ ਕਿ ਮੈਂ ਤੁਹਾਨੂੰ ਚੁਣਿਆ, ਉਹਨੇ 2009 ਦੇ ਵਿੱਚ ਮੈਨੂੰ ਚੁਣਿਆ। 10 ਸਾਲ ਤੱਕ ਮੈਂ ਆਪਣੀ ਜ਼ਿੰਦਗੀ 'ਚ 1999 ਤੋਂ ਲੈ ਕੇ 2009 ਤੱਕ ਬਹੁਤ ਹੀ ਜ਼ਿਆਦਾ ਧੱਕੇ ਖਾਧੇ, ਬਹੁਤ ਹੀ ਜ਼ਿਆਦਾ। ਮੈਂ ਹਰ ਜਗ੍ਹਾ ਇਸ ਸਿਰ ਨੂੰ ਝੁਕਾਇਆ ਆ, ਬੁੱਤ ਪ੍ਰਸਤੀ ਕੀਤੀ ਹੈਗੀ ਆ, ਹਰ ਜਗ੍ਹਾ ਜਾ ਕੇ ਨੱਕ ਗੋਡੇ ਰਗੜੇ ਹੈਗੇ ਆ ਉਸ ਪਰਮਾਤਮਾ ਨੂੰ ਪਾਉਣ ਦੇ ਵਾਸਤੇ ਜਿਹਦੇ ਪਿੱਛੇ ਅੱਜ ਵੀ ਲੋਕ ਭੱਜੇ ਫਿਰਦੇ ਹੈਗੇ ਆ। ਜੋ ਪਰਮਾਤਮਾ ਹੈ ਕੌਣ ਆ, ਉਹਦੀ ਖੋਜ ਵਿੱਚ ਮੈਂ 10 ਸਾਲ ਨਗਾ ਦਿੱਤੇ, ਔਰ 10 ਸਾਲ ਬਾਅਦ ਪਤਾ ਲੱਗਾ ਜਿਹਦੇ ਪਿੱਛੇ ਮੈਂ ਭੱਜਣ ਡਿਆ ਸੀ ਉਹ ਤੇ ਮੈਨੂੰ ਲੱਭਦਾ ਫਿਰਨ ਡਿਆ ਸੀ। ਬਾਈਬਲ ਦੇ ਵਿੱਚ ਲਿਖਿਆ ਲੋਕਾਂ ਦੀ 10 ਦੇ ਵਿੱਚ ਕਿ ਮੈਂ ਗਵਾਚਿਆ ਹੋਇਆ ਨੂੰ ਲੱਭਣ ਦੇ ਵਾਸਤੇ ਆਇਆ। ਕੌਣ ਗਵਾਚਾ? ਪਰਮੇਸ਼ਰ ਵੀ ਅਸੀਂ ਇਨਸਾਨ ਗਵਾਚਿਆ ਆ, ਔਰ ਇਨਸਾਨ ਪਰਮੇਸ਼ਰ ਨੂੰ ਲੱਭਦਾ ਆ, ਪਰ ਇੱਕ ਜ਼ਿੰਦਾ ਪਰਮੇਸ਼ਰ ਜਿਹੜਾ ਅੱਜ ਉਹਨਾਂ ਨੂੰ ਲੱਭਦਾ ਜਿਹੜੇ ਲੋਕ ਗਵਾਚ ਚੁੱਕੇ ਆ। ਮੈਂ ਵੀ ਉਸ ਇੱਕ ਗਵਾਚਿਆ ਹੋਏ ਦੇ ਵਿੱਚੋਂ ਇੱਕ ਆ ਜਿਹਨੂੰ ਪਰਮੇਸ਼ਰ ਨੇ ਚੁਣਿਆ ਔਰ ਆਪਣੀ ਮਹਿਮਾ ਦੇ ਵਾਸਤੇ ਖੜਾ ਕਰ ਦਿੱਤਾ। 2009 ਤੋਂ ਪਹਿਲਾਂ ਮੇਰਾ ਜਿਹੜਾ ਜੀਵਨ ਹੈਗਾ ਸੀ, ਸ਼ਰਾਬ ਪੀਣੀ, ਸਿਗਰਟ, ਬੀੜੀਆਂ, ਤੰਬਾਕੂ, ਹਰ ਤਰ੍ਹਾਂ ਦਾ ਨਸ਼ਾ ਜਿਹੜਾ ਮੇਰੇ ਜੀਵਨ ਦੇ ਵਿੱਚ ਸੀ, ਔਰ ਖਾਸ ਕਰਕੇ ਲੜਾਈ ਕਰਨੀ, ਲੜਾਈਆਂ ਝਗੜਿਆਂ 'ਚ ਮੈਂ ਪਹਿਲੇ ਨੰਬਰ 'ਤੇ ਹੁੰਦਾ ਸੀ ਕਿ ਕੋਈ ਬੰਦਾ ਜਿਹਨੂੰ ਕਹਿੰਦੇ ਨਾ ਮੁੱਲ ਲੜਾਈ ਲੈਣੀ, ਉਹ ਮੇਰਾ ਹਿਸਾਬ ਹੁੰਦਾ ਸੀ ਕਿ ਮੈਂ ਜਾ ਕੇ ਕਿਸੇ ਨਾਲ ਮੁੱਲ ਲੜਾਈ ਲਵਾਂ ਔਰ ਕਿਸੇ ਨੂੰ ਮਾਰਾਂ ਕੁੱਟਾਂ ਔਰ ਉਹ ਤੋਂ ਬਾਅਦ 'ਚ ਭਾਵੇਂ ਜੋ ਮਰਜ਼ੀ ਹੁੰਦਾ ਰਹੇ। ਔਰ ਮੇਰੇ ਅੰਦਰ ਗੁੱਸਾ ਇੰਨਾ ਜ਼ਿਆਦਾ ਹੁੰਦਾ ਸੀ ਕਿ ਮੈਂ ਸੋਚਦਾ ਸੀ ਕਿ ਜਿਹੜੇ ਬੰਦੇ ਨੂੰ ਮੈਂ ਫੜ ਲਿਆ ਉਹਨੂੰ ਅੱਜ ਖਤਮ ਕਰਦਾ, ਸਿਰਫ ਮਾਰਨ ਤੱਕ ਮੈਂ ਜਾਂਦਾ ਹੁੰਦਾ ਸੀ ਕਿ ਬੰਦੇ ਨੂੰ ਅੱਜ ਮਾਰ ਦੇਣਾ ਹੈਗਾ। ਉਸ ਪਰਮੇਸ਼ਵਰ ਦੀ ਕਿਰਪਾ ਹੀ ਉਸ ਪਰਮੇਸ਼ਵਰ ਨੇ ਚੁਣ ਲਿਆ ਔਰ ਆਪਣੀ ਮਹਿਮਾ ਦੇ ਵਾਸਤੇ ਖੜਾ ਕੀਤਾ। 2015 ਦੇ ਵਿੱਚ ਮੈਂ ਆਪਣਾ ਪੂਰਾ ਜੀਵਨ, 2009 ਦੇ ਵਿੱਚ ਮੈਂ ਸਿਰਫ ਚਰਚ ਗਿਆ ਔਰ 5 ਸਾਲ ਤੱਕ ਚਰਚ ਗਿਆ। 5 ਸਾਲ ਤੱਕ ਕੀ ਕੀਤਾ ਹੈਗਾ? ਚਰਚ ਗਿਆ। ਅੱਜ ਵੀ ਬਹੁਤ ਸਾਰੇ ਲੋਕ ਮੇਰੇ ਵਰਗੇ ਇੱਦਾਂ ਬੈਠੇ ਹੁੰਦੇ, ਉਹ ਪਿੱਛੇ ਜਾ ਕੇ ਵਟਸਐਪ, ਫੇਸਬੁੱਕ ਹੀ ਚਲਾਉਂਦੇ ਨੇ। ਮੈਂ ਵੀ ਉਹ ਕੰਮ ਕਰਦਾ ਹੁੰਦਾ ਸੀ 2009 ਤੋਂ ਲੈ ਕੇ 2015 ਜਨਵਰੀ ਤੱਕ ਮੇਰਾ ਜੀਵਨ ਇੱਦਾਂ ਦਾ ਇੱਦਾਂ। 5 ਸਾਲ ਚਰਚ ਵੀ ਗਿਆ ਔਰ ਆਪਣੇ ਕੰਮ ਵੀ ਨਹੀਂ ਛੱਡੇ, ਬਸ ਚਰਚ ਜਾਣਾ ਤੇ ਆ ਜਾਣਾ। ਸਿਰਫ ਇੰਨਾ ਸੀ ਕਿ ਮੇਰੀ ਪਤਨੀ ਠੀਕ ਹੋ ਗਈ ਤੇ ਨਾਲੇ ਮਤਲਬ ਸੀ, ਉਹ ਤੋਂ ਜ਼ਿਆਦਾ ਕੋਈ ਮਤਲਬ ਨਹੀਂ ਹੈ ਕਿ ਪ੍ਰਭੂ ਦੇ ਨਾਲ ਕੀ ਸੰਬੰਧ ਹੋਣਾ ਚਾਹੀਦਾ, ਕਿੱਦਾਂ ਦਾ ਰਿਸ਼ਤਾ ਹੋਣਾ ਚਾਹੀਦਾ, ਉਹ ਨਹੀਂ ਸੀ ਹੈਗਾ। 5 ਸਾਲ ਚਰਚ ਗਿਆ, ਸਿਰਫ ਪਿੱਛੇ ਪੈ ਕੇ ਨੰਗ ਦੀ ਬਾਈਬਲ ਖੋਲੀ, ਬਾਈਬਲ ਘਰੇ ਪਈ ਰਹਿੰਦੀ ਸੀ, ਅੱਜ ਵੀ ਉਹੀ ਬਾਈਬਲ ਆ ਮੇਰੀ।
2009 ਤੋਂ ਲੈ ਕੇ ਇਹ ਬਾਈਬਲ ਆ ਮੈਨੂੰ ਪਸੰਦ ਵੀ ਬਹੁਤ ਆ ਮੈਂ ਆਪਣੀ ਬਾਈਬਲ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦਾ ਕਿਉਂਕਿ ਇਸ ਪਰਮੇਸ਼ਵਰ ਦੇ ਵਚਨ ਨੇ ਮੇਰੇ ਜੀਵਨ ਨੂੰ ਬਦਲਿਆ ਅੱਜ ਬਹੁਤ ਸਾਰੇ ਲੋਕ ਆ ਬਾਈਬਲਾਂ ਲੈ ਲੈਂਦੇ ਬਾਅਦ ਵਿੱਚ ਕਦੀ ਪੜ੍ਹਦੇ ਨਹੀਂ ਉਹ ਘਰੇ ਪਈਆਂ ਰਹਿੰਦੀਆਂ ਸੰਡੇ ਨੂੰ ਆਣ ਕੇ ਕਦੇ ਖੋਲਦੇ ਹੈਗੇ ਆ ਉਹ ਵੀ ਨਹੀਂ ਪਤਾ ਹੁੰਦਾ ਵੀ ਕਿਹੜੀ ਬੁੱਕ ਕਿੱਥੇ ਕਿਹੜੀ ਕਿੱਥੇ ਰਜਿਸਟਰ ਦੱਸੋ ਤੋਂ ਨਵੇਂ ਨਿਯਮ 'ਚ ਲੱਭਣ ਦਿੰਦੇ ਬਾਅਦ ਵਿੱਚ ਫੋਲ ਫੁਲ ਕੇ ਲਿਖ ਲੈਂਦੇ ਆ ਚਲੋ ਘਰ ਜਾ ਕੇ ਲੱਭਾਂਗੇ ਹਾਲੇਲੂਇਆ ਪਰਮੇਸ਼ਵਰ ਦੇ ਵਚਨ ਨੂੰ ਮੈਂ 2015 ਦੇ ਵਿੱਚ ਜਦੋਂ ਜਾਣਿਆ ਔਰ ਆਪਣਾ ਪੂਰਾ ਜੀਵਨ ਪਰਮੇਸ਼ਵਰ ਨੂੰ ਦੇ ਦਿੱਤਾ ਇੱਕ ਸੈਕਿੰਡ ਦੇ ਵਿੱਚ ਆਪਣਾ ਜੀਵਨ ਪ੍ਰਭੂ ਨੂੰ ਦਿੱਤਾ ਭੈਣੋ ਤੇ ਭਰਾਓ ਅੱਜ ਅਸੀਂ ਵੀ ਇੱਥੇ ਆ ਕੇ ਸਿਰਫ ਇੱਦਾਂ ਬੈਠਣ ਵਾਲੇ ਨਹੀਂ ਪ੍ਰਭੂ ਨੂੰ ਜਾਣਨ ਵਾਲੇ ਨੂੰ ਸਮਝਣ ਵਾਲੇ ਬਣ ਜਾਈਏ ਅੱਜ ਮੈਂ ਤੁਹਾਨੂੰ ਇਹੀ ਕੁਝ ਸਿਖਾਉਣਾ ਚਾਹੁੰਦਾ ਹੈਗਾ ਕੁਝ ਹੀ ਸਮੇਂ ਦੇ ਵਿੱਚ ਅਸੀਂ ਕੱਢਾਂਗੇ ਜਿਰਮੀਆਂ ਦੀ ਕਿਤਾਬ ਉਹਦਾ 9 ਅਧਿਆਏ ਉਹਦੇ 23 ਵਚਨ ਨੂੰ ਪੜਾਂਗੇ ਅੱਜ ਮੈਂ ਤੁਹਾਨੂੰ ਸਿਖਾਉਣਾ ਚਾਹੁੰਦਾ ਹਾਂ ਕਿ ਪਰਮੇਸ਼ਵਰ ਨੂੰ ਜਾਣਨਾ ਔਰ ਸਮਝਣਾ ਦੋ ਅਲੱਗ ਅਲੱਗ ਚੀਜ਼ਾਂ ਹੈਗੀਆਂ ਕੀ ਹੈਗਾ ਸਭ ਜਨ ਸੁਣ ਰਹੇ ਹੈਗੇ ਆ ਹਾਲੇਲੂਇਆ ਬੜੇ ਧਿਆਨ ਨਾਲ ਸੁਣਨਾ ਪਰਮੇਸ਼ਵਰ ਨੂੰ ਜਾਣਨਾ ਔਰ ਸਮਝਣਾ ਦੋ ਅਲੱਗ ਅਲੱਗ ਚੀਜ਼ਾਂ ਹੈਗੀਆਂ ਆਈ ਅਸੀਂ ਪੜਾਂਗੇ ਯਹੋਵਾ ਇਹੋ ਆਖਦਾ ਹੈ ਯਹੋਵਾ ਇਹੋ ਕਹਿੰਦਾ ਮਤਲਬ ਪਰਮੇਸ਼ਵਰ ਇਸ ਗੱਲ ਨੂੰ ਕਹਿੰਦਾ ਆ ਬੁੱਧੀਮਾਨ ਆਪਣੀ ਬੁੱਧੀ ਦੇ ਉੱਪਰ ਘਮੰਡ ਨਾ ਕਰੇ ਨਾ ਬਲਵਾਨ ਜਿਹੜਾ ਤਾਕਤਵਰ ਆਪਣੇ ਬਲ ਦੇ ਉੱਪਰ ਘਮੰਡ ਨਾ ਕਰੇ ਤੇ ਨਾ ਹੀ ਧਨੀ ਜਿਹੜਾ ਆਪਣੇ ਧਨ ਦੇ ਉੱਤੇ ਕੀ ਆ ਤਿੰਨ ਚੀਜ਼ਾਂ ਮਸੀਹ ਲੋਕਾਂ ਦੇ ਜਿਹੜੀਆਂ ਉਹਨਾਂ ਨੂੰ ਅੱਗੇ ਵਧਣ ਤੋਂ ਰੋਕਦੀਆਂ ਹੈਗੀਆਂ ਤਿੰਨ ਚੀਜ਼ਾਂ ਅੱਗੇ ਵੀ ਪੜ੍ਹਦਾਂਗੇ ਅਸੀਂ ਪਰ ਜੇ ਕੋਈ ਘਮੰਡ ਕਰਨਾ ਹੀ ਚਾਹੁੰਦਾ ਆ ਤੇ ਉਹ ਇਸ ਗੱਲ ਦੇ ਉੱਪਰ ਕਰੇ ਉਹ ਮੈਨੂੰ ਸਮਝਦਾ ਆ ਤੇ ਜਾਣਦਾ ਹਾਲੇ ਲੋਹੀਆ ਕਿਹੜੀਆਂ ਚੀਜ਼ਾਂ ਤੇ ਘਮੰਡ ਕਰਨਾ ਆ ਕਿਹੜੀਆਂ ਚੀਜ਼ਾਂ ਤੇ ਘਮੰਡ ਕਰਨਾ ਆ ਪਰਮੇਸ਼ਵਰ ਨੂੰ ਜਾਣਨ ਦੀ ਔਰ ਉਹਨੂੰ ਸਮਝਦਾ ਜਿਹੜਾ ਉਹਨੂੰ ਸਮਝਦਾ ਆ ਨਵੀਂ ਚਰਚ ਵਿੱਚ ਏਦਾਂ ਜਾ ਕੇ ਬਹਿ ਜਾਂਦਾ ਨਾ ਸੀ ਮੈਨੂੰ ਸਿਰ ਮੈਂ ਜਾਣਦਾ ਸੀ ਕਿ ਪ੍ਰਭੂ ਹੈਗਾ ਆ ਕੋਈ ਮੇਰੀ ਪਤਨੀ ਠੀਕ ਹੋਈ ਚਰਚ ਵਿੱਚੋਂ ਤੇ ਯਿਸੂ ਮਸੀਹ ਹੈਗਾ ਆ ਪਰ ਸਮਝਦਾ ਨਹੀਂ ਸੀ ਹੈਗਾ ਜੇ ਪ੍ਰਭੂ ਯਿਸੂ ਮਸੀਹ ਦੇ ਕੋਲ ਆਉਣਾ ਆ ਤਾਂ ਉਹਨੂੰ ਸਮਝਣ ਵਾਸਤੇ ਆ ਉਹ ਸਮਝਣ ਵਾਸਤੇ ਜਾਣਨ ਵਾਸਤੇ ਨਹੀਂ ਜਾਣਨ ਨੂੰ ਅੱਜ ਮੈਂ ਮੋਦੀ ਨੂੰ ਵੀ ਜਾਣਦਾ ਹੈਗਾ ਕਿ ਮੋਦੀ ਮੈਨੂੰ ਜਾਣਦਾ ਆ ਅਸੀਂ ਵੀ ਏਦਾਂ ਯਿਸੂ ਮਸੀਹ ਨੂੰ ਜਾਣਦੇ ਹਾਂ ਪਰ ਯਿਸੂ ਮਸੀਹ ਸਾਨੂੰ ਜਾਣੇ ਫਿਰ ਫਾਇਦਾ ਹੈ ਫਿਰ ਚਰਚ ਵਿੱਚ ਬੈਠਣ ਦਾ ਫਾਇਦਾ ਆ ਜੇ ਯਿਸੂ ਮਸੀਹ ਨੂੰ ਜਾਣਦਾ ਹੋਵੇ ਕਿ ਬੰਟੀ ਕੌਣ ਹੈਗਾ ਸਿਰਫ ਅਸੀਂ ਜਾਣਦੇ ਹਾਂ ਕਿ ਯਿਸੂ ਮਸੀਹ ਹੈਗਾ ਪਰ ਉਹਨੂੰ ਮੇਰੇ ਬਾਰੇ ਨਹੀਂ ਪਤਾ ਇੱਥੇ ਅਸੀਂ ਤਿੰਨ ਚੀਜ਼ਾਂ ਦੇ ਬਾਰੇ ਲਿਖਦਾ ਪ੍ਰਭੂ ਯਿਸੂ ਮਸੀਹ ਨੇ ਇੱਕ ਗੱਲ ਕਹੀ ਆ ਕਿ ਬੁੱਧਵਾਨ ਆਪਣੀ ਬੁੱਧੀ ਦੇ ਉੱਪਰ ਘਮੰਡ ਨਾ ਕਰੇ ਚਰਚ ਵਿੱਚ ਆਉਣ ਤੋਂ ਪਹਿਲਾਂ ਅਸੀਂ ਆਪਣੀ ਬੁੱਧ ਦੇ ਉੱਪਰ ਬਹੁਤ ਜ਼ਿਆਦਾ ਘਮੰਡ ਕਰਦੇ ਸੀ ਖਾਸ ਕਰਕੇ ਮੈਂ ਆਪਣੀ ਬੁੱਧੀ ਦੇ ਉੱਪਰ ਬਹੁਤ ਹੀ ਜ਼ਿਆਦਾ ਘਮੰਡ ਕਰਦਾ ਸੀ ਮੈਂ ਸੋਚਦਾ ਸੀ ਕਿ ਮੇਰੇ ਤੋਂ ਜ਼ਿਆਦਾ ਕੋਈ ਗਿਆਨਵਾਨ ਕੋਈ ਬੁੱਧੀਮਾਨ ਨਹੀਂ ਹੋ ਸਕਦਾ ਜੋ ਕੁਛ ਮੈਂ ਸੋਚਦਾ ਆ ਮੈਂ ਕਰ ਸਕਦਾ ਦੂਸਰਾ ਕੋਈ ਨਹੀਂ ਕਰ ਸਕਦਾ ਅੱਜ ਵੀ ਅਸੀਂ ਇੱਥੇ ਜਗ੍ਹਾ ਤੇ ਬੈਠੇ ਹਾਂ ਵੀ ਆਪਣੀ ਬੁੱਧੀ ਤੇ ਬਹੁਤ ਜ਼ਿਆਦਾ ਘਮੰਡ ਕਰਦੇ ਹੈਗੇ ਅੱਜ ਵੀ ਸਾਡੇ ਦਿਮਾਗ ਦੇ ਵਿੱਚ ਬਹੁਤ ਹੀ ਜ਼ਿਆਦਾ ਘਮੰਡ ਭਰਿਆ ਜਾਂਦਾ ਹੈਗਾ ਆ ਕਿਸੇ ਨੂੰ ਪਿੰਡ ਦੇ ਵਿੱਚ ਵੇਖ ਲਓ ਚਾਹੇ ਸ਼ਹਿਰ 'ਚ ਵੇਖ ਲਓ ਉਹਦੇ ਕੋਲ ਥੋੜ੍ਹੀ ਜਿਹੀ ਬੁੱਧੀ ਉਹਦੇ ਆਪਣੇ ਬੁੱਧੀ ਦੇ ਜਿਹੜੇ ਢਿਡੋਰੇ ਪਿੱਟਦਾ ਹੈਗਾ ਕਹਿਣਗੇ ਵੇਖੋ ਜੀ ਉਹਨਾਂ ਦਾ ਮੁੰਡਾ ਬੜਾ ਹੀ ਬੁੱਧਵਾਨ ਹੈਗਾ ਆ ਉਹਨੇ ਜੇ ਕਰ ਦਿੱਤਾ ਉਹ ਕਰ ਦਿੱਤਾ ਹੈਗਾ ਆ ਪਰ ਜੇ ਘਮੰਡ ਕਰਨਾ ਤੇ ਕਿਹਦੇ ਤੇ ਕਰੋ ਪਰਮੇਸ਼ਵਰ ਤੇ ਕਰੋ ਅਸੀਂ ਆਪਣੀ ਬੁੱਧੀ ਦੇ ਨਾਲ ਜੋ ਕੁਛ ਵੀ ਬਣਾ ਦਿੰਦੇ ਹਾਂ ਉਹ ਸਾਰੀਆਂ ਚੀਜ਼ਾਂ ਖਰਾਬ ਹੋ ਜਾਂਦੀਆਂ ਆ ਪਰ ਜੋ ਪਰਮੇਸ਼ਵਰ ਨੇ ਬਣਾ ਦਿੱਤਾ ਉਹ ਕਦੇ ਵੀ ਖਰਾਬ ਨਹੀਂ ਹੁੰਦਾ ਪਰਮੇਸ਼ਵਰ ਨੇ ਅਸੀਂ ਆ ਲਾਈਟ ਬਣਾਈ ਆ ਵੇਖੋ ਇਨਸਾਨ ਨੇ ਆਪਣੀ ਬੁੱਧੀ ਨਾਲ ਖਰਾਬ ਹੋ ਜਾਂਦੀ ਆ ਕਿ ਕਦੀ ਵੇਖਿਆ ਸੂਰਜ ਖਰਾਬ ਹੋ ਗਿਆ ਹੋਵੇ ਕੋਹਰੀ ਵਿੱਚ ਜਾ ਕੇ ਕੁਛ ਲਾਉਣ ਦੀ ਦੁਬਾਰਾ ਹੀ ਲੋੜ ਪਈ ਹੋਵੇਗੀ ਕਿ ਪ੍ਰਭੂ ਤੋਂ ਹੁਕਮ ਦਾ ਕਿ ਸੂਰਜ ਅੱਜ ਖਰਾਬ ਹੋ ਗਿਆ ਆ ਦੋ ਦਿਨ ਤੱਕ ਤੁਹਾਨੂੰ ਰੋਸ਼ਨੀ ਨਹੀਂ ਮਿਲੇਗੀ ਇਹ ਮੈਂ ਠੀਕ ਕਰੂੰਗਾ ਕਦੀ ਚੰਦਰਮਾ ਨੇ ਆਪਣੀ ਰੋਸ਼ਨੀ ਦੇਣ ਤੋਂ ਇਨਕਾਰ ਕੀਤਾ ਅਸੀਂ ਆਪਣੀ ਬੁੱਧ ਨਾਲ ਜੋ ਕੁਛ ਵੀ ਅੱਜ ਬਣਾਇਆ ਆ ਬੁੱਧ ਨਾਲ ਤੇ ਅਸੀਂ ਘਰ ਵੀ ਆਪਣਾ ਨਹੀਂ ਬਣਾ ਸਕੇ ਅਸੀਂ ਆਪਣੀ ਬੁੱਧ ਨਾਲ ਆਪਣਾ ਘਰ ਵੀ ਨਹੀਂ ਬਣਾ ਸਕੇ ਜੇ ਸਾਡੇ ਕੋਲ ਪਰਮੇਸ਼ਰ ਨੇ ਬਲ ਦਿੱਤਾ ਕਿ ਜਿੰਮ ਜਾਂਦੇ ਉਹਨਾਂ ਨੂੰ ਬੜਾ ਘਮੰਡ ਹੁੰਦਾ ਆ ਉਹ ਸਾਰਾ ਦਿਨ ਇੱਦਾਂ ਇੱਦਾਂ ਕਰਕੇ ਤੁਰਦੇ ਰਹਿਣਗੇ ਪਤਾ ਨੀ ਮੇਰੇ ਵਰਗਾ ਸ਼ਹਿਰ ਦੇ ਪਿੰਡ ਵਿੱਚ ਕੋਈ ਨੀ ਹੈਗਾ ਉਹ ਡੋਲੇ ਦਿਖਾਉਂਦਾ ਰਹਿੰਦਾ ਹੈਗਾ ਉਹ ਆਪਣੀ ਬੁੱਧੀ ਦੇ ਉੱਪਰ ਆਪਣੀ ਸਮਝ ਦੇ ਉੱਪਰ ਆਪਣੇ ਗਿਆਨ ਦੇ ਉੱਪਰ ਆਪਣੇ ਬਲ ਦੇ ਉੱਪਰ ਉਸ ਘਮੰਡ ਨੂੰ ਕਰਦਾ ਹੈਗਾ ਔਰ ਆਪਣੇ ਡੋਲੇ ਦਿਖਾ ਦਿਖਾ ਜਿਹੜੇ ਮਾੜੇ ਹੁੰਦੇ ਉਹਨਾਂ ਨੂੰ ਡਰਾਉਂਦਾ ਰਹੂਗਾ ਕਹਿੰਦਾ ਤੈਨੂੰ ਪਤਾ ਨਾ ਮੈਂ ਜਿੰਮ ਜਾਣਾ ਹੈਗਾ ਸਾਰੀ ਹਵਾ ਇੱਕੋ ਦੇਣੀ ਨਿਕਲ ਜਾਂਦੀ ਹੈਗੀ ਆ ਮੈਂ ਇੱਦਾਂ ਦੇ ਬੰਦਾ ਹੁੰਦਾ ਸੀ
ਜਿਹਨੂੰ ਆਪਣੀ ਸਮਝ ਦੇ ਉੱਪਰ, ਆਪਣੀ ਬੁੱਧ ਦੇ ਉੱਪਰ, ਆਪਣੇ ਬਲ ਦੇ ਉੱਪਰ, ਆਪਣੀ ਬੁੱਧੀ ਦੇ ਉੱਪਰ ਬਹੁਤ ਹੀ ਜ਼ਿਆਦਾ ਘਮੰਡ ਸੀ। ਅੱਜ ਵੀ ਪੈਸੇ ਦੇ ਉੱਪਰ, ਪੈਸਾ ਸਭ ਦੇ ਕੋਲ ਆ ਜਾਂਦਾ ਔਰ ਸਾਨੂੰ ਉਹਦਾ ਘਮੰਡ ਹੋ ਜਾਂਦਾ ਹੈਗਾ। ਮੈਂ ਤੁਹਾਨੂੰ ਸਿਰਫ ਤਿੰਨ ਚੀਜ਼ਾਂ ਨੋਰਮਲ ਦੱਸੂੰਗਾ, ਜਿਹੜੀ ਗੱਲ ਤੇ ਮੈਂ ਜਾਣਾ ਚਾਹੁੰਦਾ ਆਪਾਂ ਉਧਰ ਨੂੰ ਜਾਵਾਂਗੇ। ਪੈਸੇ ਦਾ ਘਮੰਡ ਬਹੁਤ ਹੀ ਜ਼ਿਆਦਾ ਸਾਡੇ ਅੰਦਰ ਵੱਧ ਗਿਆ ਆ। ਸਾਡੀ ਜੇ ਚੰਗੀ ਪੋਜੀਸ਼ਨ ਹੋਵੇ, ਇੱਕ ਚੰਗਾ ਅਹੁਦਾ ਮਿਲ ਜਾਂਦਾ ਹੈਗਾ ਆ, ਤਾਂ ਵੀ ਸਾਡੇ ਅੰਦਰ ਘਮੰਡ ਹੁੰਦਾ ਆ, ਤਾਂ ਵੀ ਸਾਡੇ ਅੰਦਰ ਘਮੰਡ ਹੁੰਦਾ ਕਿ ਮੇਰਾ ਅਹੁਦਾ ਬਹੁਤ ਉੱਚਾ ਹੈਗਾ। ਮੈਂ ਉਸ ਪਰਮੇਸ਼ਰ ਦੀ ਗੱਲ ਕਰਦਾ ਜਿਹਦਾ ਅਹੁਦਾ ਸਭ ਤੋਂ ਉੱਚਾ ਹੈਗਾ, ਮੈਂ ਉਹਨੂੰ ਜਾਣਦਾ ਹਾਂ। ਅਸੀਂ ਕਿਸੇ ਨੂੰ ਜਾਣਦੇ ਨਾ, ਤੈਨੂੰ ਪਤਾ ਮੇਰਾ ਫੁੱਫੜ, ਮੇਰਾ ਮਾਮਾ, ਚਾਚਾ, ਤਾਇਆ MLA ਆ, ਉਹ ਥਾਣੇਦਾਰ ਆ, ਮੇਰੀ ਪਹੁੰਚ ਉਹਦੇ ਤੱਕ ਹੈਗੀ ਆ। ਔਰ ਮੇਰੀ ਪਹੁੰਚ ਕਿਹਦੇ ਤੱਕ ਆ? ਤੁਹਾਡੀ ਪਹੁੰਚ ਕਿਹਦੇ ਤੱਕ ਹੈਗੀ ਆ? ਮੇਰੀ ਪਹੁੰਚ ਸਵਰਗ ਤੱਕ ਹੈਗੀ ਆ, ਉਸ ਸਵਰਗਾਂ ਦੇ ਰਾਜੇ ਤੱਕ ਹੈਗੀ ਆ, ਜਿਹਨੇ ਬਣਾਇਆ ਆ, ਜਿਹਨੇ ਥਾਣੇਦਾਰ ਨੂੰ ਵੀ ਬਣਾਇਆ, ਜਿਹਨੇ MLA ਨੂੰ ਬਣਾਇਆ, ਜਿਹਨੇ ਸਰਪੰਚ ਨੂੰ ਬਣਾਇਆ, ਜਿਹਨੇ ਪ੍ਰਧਾਨ ਮੰਤਰੀ ਨੂੰ ਵੀ ਬਣਾਇਆ। ਮੇਰੀ ਪਹੁੰਚ ਉਸ ਪਰਮੇਸ਼ਵਰ ਤੱਕ ਹੈਗੀ। ਉਹ ਪਰਮੇਸ਼ਰ ਇੱਕ ਸੈਕਿੰਡ ਦੇ ਵਿੱਚ ਹਰ ਇੱਕ ਦਿਮਾਗ ਨੂੰ ਚੇਂਜ ਕਰ ਦਿੰਦਾ ਹੈਗਾ ਆ। ਤਿੰਨ ਚੀਜ਼ਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਹੈਗੀਆਂ ਆ, ਜੇ ਤੁਸੀਂ ਉਹਨਾਂ ਨੂੰ ਆਪਣੇ ਜੀਵਨ 'ਚ ਅਪਣਾ ਲਿਆ ਤਾਂ ਅਸੀਂ ਜੀਵਨ ਦੇ ਵਿੱਚ ਸਭ ਕੁਝ ਕਰ ਸਕਦੇ ਹਾਂ। ਤੁਹਾਡਾ ਸੁਣਨਾ, ਸੋਚਣਾ ਔਰ ਕਰਨਾ, ਸਭ ਤੋਂ ਪਹਿਲਾਂ ਤੁਸੀਂ ਸੁਣਦੇ ਕੀ ਹੈਗੇ ਆ? ਅਸੀਂ ਜਦੋਂ ਵੀ ਬਾਹਰੋਂ ਕੁਝ ਸੁਣਦੇ ਹੈਗੇ ਆ, ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਅਸੀਂ ਅੱਜ ਸੁਣ ਕੇ ਕੀ ਆਏ ਹੈਗੇ। ਸੁਣਨਾ ਕੁਛ, ਕਦੀ ਕਦੀ ਤੇ ਸਾਡੇ ਘਰਾਂ ਪਰਿਵਾਰਾਂ ਦੇ ਵਿੱਚ ਇੱਦਾਂ ਦੇ ਹਾਲਾਤ ਬਣ ਜਾਂਦੇ ਹੈਗੇ ਆ ਕਿ ਅਸੀਂ ਗਵਾਂਢੀਆਂ ਦੇ ਪਿੱਛੇ ਲੱਗ ਕੇ ਆਪਣਾ ਘਰ ਬਰਬਾਦ ਕਰ ਲੈਂਦੇ ਹੈਗੇ ਆ। ਅਸੀਂ ਸੁਣਿਆ ਉਹ ਝੂਠ ਹੀ ਬੋਲਦੇ ਨੇ ਭਾਵੇਂ। ਇੱਥੇ ਲਿਖਿਆ ਕਿ ਜਿਹੜਾ ਮੈਨੂੰ ਸਮਝਦਾ ਆ ਔਰ ਜਿਹੜਾ ਮੈਨੂੰ ਜਾਣਦਾ ਆ। ਅੱਜ ਮੈਂ ਇੱਕ ਪਰਿਵਾਰ ਦੀ ਗੱਲ ਕਰਾਂ ਤੇ ਇੱਕ ਪਤੀ ਪਤਨੀ ਬਾਰੇ ਗੱਲ ਕਰਾਂ। ਤੇ ਇੱਕ ਪਤਨੀ ਜਾਣਦੀ ਆ ਕਿ ਮੇਰਾ ਪਤੀ ਆ, ਪਰ ਉਹ ਸਮਝਦੀ ਨਹੀਂ, ਉਹ ਸਮਝਦੀ ਨਹੀਂ ਕਿ ਮੇਰਾ ਪਤੀ ਆ। ਉਹਨੂੰ ਕਦੀ ਸਮਝ ਹੀ ਨਹੀਂ ਆਈ ਕਿ ਮੇਰਾ ਪਤੀ ਆ। ਔਰ ਇੱਕ ਪਤੀ ਆ, ਉਹ ਜਾਣਦਾ ਕਿ ਮੇਰੀ ਪਤਨੀ ਆ, ਪਰ ਸਮਝਦਾ ਨਹੀਂ ਹੈ। ਕਿਉਂ ਨਹੀਂ ਸਮਝਦਾ? ਆਪਣੀ ਬੁੱਧ ਦੇ ਉੱਪਰ ਘਮੰਡ ਹੈਗਾ ਆ, ਮੈਂ ਚਲ ਗਈ ਇਹ ਕੀ ਕਰੂਗਾ। ਹਰ ਟਾਈਮ ਅਸੀਂ ਘਰਾਂ ਦੇ ਵਿੱਚ ਵੀ ਛੋਟੇ ਛੋਟੇ ਡਰਾਵਿਆਂ ਨਾਲ ਜ਼ਿੰਦਗੀ ਨੂੰ ਜੀਣੇ ਹੈਗੇ ਆ, ਛੋਟੇ ਛੋਟੇ ਡਰਾਵੇ ਦੇ ਨਾਲ। ਜੇ ਕੋਈ ਭੈਣ ਲੜ ਪਏ, ਭੈਣਾਂ ਗੁੱਸਾ ਨਾ ਕਰਨ, ਮੈਂ ਸਾਫ਼ ਕਹਿੰਦਾ ਕਿਉਂਕਿ ਮੈਂ ਪ੍ਰਚਾਰ ਇੱਦਾਂ ਦੇ ਕਰਦਾ ਨਾ, ਮਾਫ਼ ਕਰਿਓ। ਜੇ ਸੁਣਨਾ ਤੁਹਾਨੂੰ ਨਾ ਵੀ ਚੰਗਾ ਲੱਗੇ, ਫਿਰ ਵੀ ਥੋੜ੍ਹਾ ਟਾਈਮ ਸੁਣਿਓ, ਜ਼ਰੂਰ ਹੋ ਸਕਦਾ ਤੁਹਾਡੇ ਜੀਵਨ ਔਰ ਤੁਹਾਡੇ ਘਰ ਦੇ ਭਾਈ ਵੀ ਕਿਸੇ ਦੇ ਜੀਵਨ 'ਚ ਇੱਦਾਂ ਦੀ ਗੱਲ ਪਾਈ ਜਾਵੇ, ਸੁਣਿਓ, ਜ਼ਰੂਰ ਜੀਵਨ ਬਦਲ ਜਾਂਦਾ ਹੈਗਾ। ਮੈਂ ਇੱਦਾਂ ਦਾ ਰਿਹਾ, 5 ਸਾਲ ਮੇਰੇ ਘਰ 'ਚ ਲੜਾਈ ਦੇ ਗਈ ਚਰਚ ਜਾਣ ਤੋਂ ਬਾਅਦ 'ਚ ਵੀ। 2000 ਮੈਂ ਤੁਹਾਨੂੰ ਪਹਿਲਾਂ ਸਰ 2015 'ਚ ਮੈਂ ਜੀਵਨ ਪ੍ਰਭੂ ਨੂੰ ਦਿੱਤਾ ਹੈਗਾ। 5 ਸਾਲ ਤੱਕ ਅਸੀਂ ਤਲਾਕ ਲੈਣ ਤੱਕ ਚੱਲ ਗਏ ਸੀ ਕਿਉਂਕਿ ਜੀਵਨ ਉੱਦਾਂ ਦਾ ਉੱਦਾਂ ਹੀ ਆ, ਚੀਜ਼ਾਂ ਅੰਦਰੋਂ ਗਈਆਂ ਨਹੀਂ, ਚਰਚ ਵਿੱਚ ਚੱਲ ਗਏ ਆ, ਪਰ ਜੋ ਅੰਦਰ ਭਰਿਆ ਸੀ ਉਹ ਬਾਹਰ ਆਇਆ ਹੀ ਨਹੀਂ। ਸਿਰਫ ਚਰਚ ਜਾਣ ਦੇ ਨਾਲ ਹੀ ਤੁਹਾਡਾ ਬਚਾਅ ਨਹੀਂ ਹੋ ਸਕਦਾ, ਤੁਹਾਡਾ ਬਚਾਅ ਸਿਰਫ ਚਰਚ ਜਾਣ ਦੇ ਨਾਲ ਹੀ ਨਹੀਂ, ਪ੍ਰਭੂ ਯਿਸੂ ਮਸੀਹ ਨੂੰ ਸਮਝਣ ਦੇ ਨਾਲ ਬਚਾਅ ਹੁੰਦਾ ਆ। ਚਰਚ ਜਾਣ ਦਾ ਮਤਲਬ ਹੈਗਾ ਇੱਕ ਬੰਦਾ ਪਾਣੀ 'ਚ ਡੁੱਬ ਰਿਹਾ ਹੈਗਾ ਆ, ਔਰ ਉਹਨੂੰ ਪਾਣੀ ਦੇ ਵਿੱਚੋਂ ਬਾਹਰ ਕੱਢ ਕੇ ਲਿਆਂਦਾ ਆ ਕਿ ਉਹਦਾ ਬਚਾਅ ਹੋ ਜਾਊਗਾ, ਉਹਦਾ ਬਚਾਅ ਹੋ ਜਾਊਗਾ? ਨਹੀਂ, ਕਿਉਂਕਿ ਜਿਹੜਾ ਅੰਦਰ ਉਹਦੇ ਪਾਣੀ ਜਾ ਚੁੱਕਿਆ ਆ, ਜਿੰਨਾ ਚਿਰ ਉਹ ਪਾਣੀ ਬਾਹਰ ਨਹੀਂ ਆ ਜਾਂਦਾ ਉਹਨਾਂ ਚਿਰ ਬਚਾਅ ਨਹੀਂ ਹੋ ਸਕਦਾ। ਅਸੀਂ ਚਰਚ ਤੇ ਚੱਲ ਗਏ ਆ, ਪਰ ਜੋ ਅੰਦਰ ਆ ਉਹ ਬਾਹਰ ਨਹੀਂ ਆਇਆ। ਕਈ ਵਾਰੀ ਚਰਚ ਵਿੱਚ ਆਣ ਕੇ ਅਸੀਂ ਜਦੋਂ ਪ੍ਰਾਰਥਨਾ ਕਰਦੇ, ਅਸੀਂ ਕਹਿੰਦੇ ਮੈਂ ਸਭ ਤੋਂ ਜ਼ਿਆਦਾ ਪਵਿੱਤਰ ਆ, ਅਸੀਂ ਬੜਾ ਪਵਿੱਤਰ ਆਤਮਾ 'ਚ ਭਰ ਭਰ ਕੇ ਦੁਆ ਕਰਦੇ ਹੈਗੇ, ਔਰ ਘਰ ਜਾਂਦੇ ਆ ਸਾਰੀ ਚਰਚ ਵਿੱਚ ਅਸੀਂ ਲੜਾਈ ਵੀ ਕਰਦੇ ਹੈਗੇ। ਅੱਜ ਦਾ ਵਿਸ਼ਵਾਸੀ ਉਸ ਕੋੜ ਕਿਰਲੀ ਵਰਗਾ ਹੈਗਾ ਆ, ਜਿਹੜੀ ਸਾਰੀ ਰਾਤ ਕੀ ਆ ਕੀੜੇ ਮਕੌੜੇ ਖਾਂਦੀ ਔਰ ਦਿਨੇ ਕੀ ਕਰਦੀ ਆ, ਧਾਰਮਿਕ ਫੋਟੋਆਂ ਦੇ ਪਿੱਛੇ ਲੁਕ ਜਾਂਦੀ ਹੈਗੀ ਹੈ। ਏਦਾਂ ਦਾ ਜੀਵਨ ਅਸੀਂ ਵੀ ਅੱਜ ਜੀ ਰਹੇ ਹੈਗੇ, ਏਦਾਂ ਦਾ ਜੀਵਨ ਸਾਡਾ ਵੀ। ਸਾਰੀ ਰਾਤ ਕੀ ਕਰਨਾ ਹੈਗਾ ਆ? ਉਹ ਕੀੜੇ ਮਕੌੜਿਆਂ ਨੂੰ ਖਾਣਾ। ਮਤਲਬ ਇੱਕ ਵਿਸ਼ਵਾਸੀ ਏਦਾਂ ਦੀ ਜ਼ਿੰਦਗੀ ਅੱਜ ਜੀ ਰਿਹਾ ਹੈਗਾ, ਉਹ ਸਾਰਾ ਦਿਨ ਤੱਕ, 6 ਦਿਨ ਤੱਕ ਉਹ ਲੜਾਈਆਂ ਝਗੜੇ ਕਰਦਾ ਹੈਗਾ, ਚੁਗਲੀਆਂ ਵੀ ਕਰਦਾ, ਚੁਗਲੀ, ਨਿੰਦਿਆ, ਝੂਠ, ਫਰੇਬੇ ਪਰਮੇਸ਼ਰ ਨੂੰ ਪਸੰਦ ਨਹੀਂ ਹੈਗਾ। ਔਰ ਅੱਜ ਸਾਡੇ ਜੀਵਨ 'ਚ ਬਹੁਤ ਸਾਰੀਆਂ ਚੁਗਲੀਆਂ ਪਾਈਆਂ ਜਾਂਦੀਆਂ ਹੈਗੀਆਂ। ਕਈ ਲੋਕ ਜਿੱਦਾਂ ਪਾਸਟਰ ਦੀਆਂ ਉਹ ਚੁਗਲੀਆਂ ਕਰਦੇ, ਸ਼ਾਹ ਪਾਸਟਰ ਜੀ ਨੇ ਚਰਚ 'ਚ ਆਹ ਗੱਲ ਕਹੀ ਸੀ, ਉਹਨਾਂ ਨੂੰ ਕਹਿਣੀ ਨਹੀਂ ਸੀ ਚਾਹੀਦੀ। ਯਾਦ ਰੱਖੋ ਅਸੀਂ ਕਿਹਦੇ ਤੇ ਦੋਸ਼ ਲਾਉਣੇ ਜਾ ਕੇ, ਉਸ ਸੇਵਕ ਦੇ ਉੱਪਰ ਜਿਹਨੇ ਸਾਨੂੰ ਬਚਾਇਆ, ਜਿਹਨੇ ਸਾਡੇ ਲਈ ਦਿਨ ਰਾਤ ਪ੍ਰਾਰਥਨਾ ਕੀਤੀ, ਅਸੀਂ ਉਸ ਸੇਵਕ ਨੂੰ ਵੀ ਤੁੱਛ ਜਾਣਦੇ ਹਾਂ। ਕੋਈ ਸੇਵਕ ਕਿਸੇ ਤੋਂ, ਉਹ ਦਿਨ ਸੀ ਜਦੋਂ ਮੇਰੇ ਘਰ 'ਚ ਆਇਆ ਔਰ ਮੇਰੇ ਘਰ 'ਚ ਪ੍ਰੋਬਲਮ ਸੀ, ਚਾਹੇ ਗਰੀਬੀ ਸੀ ਚਾਹੇ ਬਿਮਾਰੀ ਸੀ, ਬਾਅਦ 'ਚ ਅਸੀਂ ਉਸੇ ਸੇਵਕ ਦੇ ਉੱਪਰ ਵੀ ਕਦੀ ਕਦੀ ਦੋਸ਼ ਲਾਉਣੇ ਸ਼ੁਰੂ ਕਰ ਦਿੰਦੇ, ਕਿਉਂਕਿ ਅਸੀਂ ਸਿਰਫ ਜਾਣਦੇ ਹਾਂ, ਅਸੀਂ ਜਾਣਦੇ ਹਾਂ, ਸਿਰਫ ਸਮਝਦੇ ਨਹੀਂ ਆ ਕਿ ਮੇਰਾ ਸੇਵਕ ਹੈਗਾ ਆ। ਇੱਕ ਪਤਨੀ ਸਮਝਦੀ ਨਹੀਂ ਆ ਕਿ ਮੇਰਾ ਪਤੀ ਹੈਗਾ। ਘਰ ਦੇ ਵਿੱਚ ਅਸੀਂ ਗੁਜ਼ਾਰਾ ਕਰਦੇ ਹੈਗੇ ਆ,
ਅਸੀਂ ਸੋਚਦੇ ਚਲੋ ਕੋਈ ਨਹੀਂ ਬੱਚੇ ਹੋ ਗਿਆ ਮੈਂ ਬੱਚਿਆਂ ਸਿਰ ਤੇ ਔਰਤਾਂ ਕੀ ਸੋਚਦਾ ਮੈਂ ਜ਼ਿੰਦਗੀ ਆਪਣੀ ਕੱਟੂੰਗੀ ਉਹ ਬੱਚੇ ਵੱਡੇ ਹੁੰਦੇ ਹੈਗੇ ਆ ਵਿਆਹ ਚ ਉਹ ਵਿਆਹ ਦੇ ਲਾਇਕ ਹੋਏਦੇ ਸੋਚਦੇ ਚਲੋ ਕੋਈ ਗੱਲ ਨਹੀਂ ਬੱਚੇ ਵੱਡੇ ਕੋਲ ਮੇਰਾ ਸਾਥ ਦੇਣਗੇ ਇੱਕ ਦਿਨ ਬੱਚੇ ਵਿਆਹ ਜਾਂਦੇ ਆ ਉਹ ਮੁੜ ਕੇ ਆਪਣਾ ਟਿੰਡ ਪੋੜੀ ਚੁੱਕ ਕੇ ਅੱਡ ਹੋ ਜਾਂਦੇ ਆ ਉਹ ਤੋਂ ਬਾਅਦ ਵਿੱਚ ਕੀ ਹੁੰਦਾ ਹੈ ਫਿਰ ਉਸ ਪਤਨੀ ਨੂੰ ਸਮਝ ਆਉਂਦੀ ਆ ਹੁਣ ਮੈਂ ਕਿਹਦੇ ਨਾਲ ਰਹਿਣਾ ਹੈ ਅੱਜ ਮੈਂ ਕਿਹਨੂੰ ਪੁਕਾਰਾਂ ਕਿਉਂਕਿ ਬੇਟਾ ਵੀ ਅੱਜ ਅੱਡ ਹੋ ਗਿਆ ਹਾਲੇ ਲੋਹੀਆ ਜਿਹੜੇ ਲੋਕ ਚਰਚ ਆਉਂਦੇ ਆ ਉਹ ਜਾਣਦੇ ਆ ਪਰ ਸਮਝਦੇ ਨਹੀਂ ਹੈਗੇ ਮੈਂ ਕਈ ਵਾਰੀ ਵੇਖਿਆ ਗਿਆ ਚਰਚ ਆਉਣ ਵਾਲੇ ਲੋਕ ਵੀ ਘਰੋਂ ਜਦੋਂ ਬਾਹਰ ਜਾਂਦੀਆਂ ਕੁਛ ਭੈਣਾਂ ਉਹ ਆਪਣੇ ਸੱਸ ਘਰ ਬੈਠੀ ਸਹੁਰਾ ਘਰ ਬੈਠਾ ਆ ਉਹ ਆਪਣੇ ਕਮਰੇ ਨੂੰ ਤਾਲਾ ਲਾ ਕੇ ਜਾਣਗੇ ਕਿਉਂ ਕਿਹਦੇ ਵਾਸਤੇ ਤਾਲੇ ਕਿਹਨਾਂ ਦੇ ਵਾਸਤੇ ਲਾਏ ਜਾਂਦੇ ਹੈਗੇ ਆ ਕਿ ਕੋਈ ਕੋਈ ਕੁੱਤਾ ਕੋਈ ਬਿੱਲੀ ਕੋਈ ਸ਼ੇਰ ਕੋਈ ਹਾਥੀ ਆਣ ਕੇ ਸਾਡੇ ਸਮਾਨ ਨੂੰ ਚੋਰੀ ਕਰੂਗਾ ਕਿਹਦੇ ਵਾਸਤੇ ਤਾਲਾ ਲਾ ਦਿੱਤਾ ਸੀ ਕਿਹਦੇ ਵਾਸਤੇ ਜਿਹਨੇ ਉਸ ਘਰ ਨੂੰ ਬਣਾਇਆ ਉਹਨੂੰ ਅੱਜ ਕਹਿੰਦੇ ਤਾਲਾ ਲਾ ਕੇ ਬਾਹਰ ਤੂੰ ਮੇਰੇ ਕਮਰੇ ਚ ਨਹੀਂ ਵੜਨਾ ਮੈਂ ਜਦੋਂ ਛੋਟਾ ਸੀ ਬਚਪਨ ਦੇ ਵਿੱਚ ਮੈਂ ਸੁਣਦਾ ਹੁੰਦਾ ਸੀ ਸਾਡੇ ਮੁਹੱਲੇ 'ਚ ਜਦੋਂ ਗੱਲਾਂ ਕਰਦੇ ਜਦੋਂ ਕਿਸੇ ਨੇ ਵਿਆਹ ਹੋਣਾ ਉਹ ਨਵੀਂ ਨਵੀਂ ਵੋਟੀ ਵਹਿਕਲ ਹੋਣੀ ਤੇ ਉਦੋਂ ਮੈਨੂੰ ਪਤਾ ਨਹੀਂ ਸੀ ਇਹਨਾਂ ਗੱਲਾਂ ਦਾ ਉਹਨਾਂ ਕਹਿਣਾ ਜਦੋਂ ਕਿਤੇ ਲੜਾਈ ਹੋਣਾ ਕਹਿਣਾ ਕਿ ਕੰਧਾਂ ਵਿਆਹ ਕੇ ਲਿਆਂਦੀਆਂ ਮੈਂ ਸੋਚਣਾ ਕਿ ਉਹਨਾਂ ਦੇ ਘਰ 'ਤੇ ਇੱਕ ਜਨਾਨੀ ਆਈ ਵਿਆਹ ਕੇ ਕੰਧਾਂ ਕਿੱਦਾਂ ਵਿਆਹ ਕੇ ਲਿਆਂਦੀਆਂ ਜਦੋਂ ਮੈਂ ਪ੍ਰਭੂ ਦੀ ਸੇਵਾ ਕਰਨੀ ਸ਼ੁਰੂ ਕੀਤੀ ਮੇਰਾ ਖੁਦ ਵਿਆਹ ਹੋਇਆ ਉਹ ਤੋਂ ਬਾਅਦ 'ਚ ਪਤਾ ਲੱਗਾ ਕਿ ਕਿਉਂ ਕਹਿੰਦੇ ਸੀ ਕੰਧਾਂ ਵਹਿਕ ਲੈਂਦੀਆਂ ਕਿਉਂਕਿ ਵਿਆਹ ਤੋਂ ਬਾਅਦ ਥੋੜੇ ਚਿਰ ਬਾਅਦ ਉਹਨਾਂ ਕਹਿੰਦੀ ਕੰਧ ਮਾਰ ਦਿਓ ਇੱਥੇ ਹੁਣ ਕੀ ਮਾਰ ਦਿਓ ਇਸ ਘਰ ਦੇ ਵਿੱਚ ਕੰਧ ਮਾਰ ਦਿਓ ਮੈਂ ਤੇਰੀ ਮਾਂ ਨਾਲ ਤੇਰੇ ਪਿਓ ਨਾਲ ਜ਼ਿੰਦਗੀ ਨਹੀਂ ਕੱਟ ਸਕਦੀ ਔਰ ਅਸੀਂ ਉਸੇ ਪਰਮੇਸ਼ੁਰ ਤੋਂ ਸਵੇਰੇ ਆਣ ਕੇ ਮਾਫੀਆਂ ਮੰਗਦੇ ਪਰਮੇਸ਼ੁਰ ਮੈਨੂੰ ਮਾਫ ਕਰ ਦੇ ਅੱਜ ਮੈਨੂੰ ਪਵਿੱਤਰ ਆਤਮਾ ਦਾ ਵਰਦਾਨ ਦੇ ਅੱਜ ਮੈਨੂੰ ਕੰਮ ਦੇ ਅੱਜ ਮੈਨੂੰ ਬੇਟੇ ਦੀ ਬਰਕਤ ਦੇ ਹਾਲੇਲੂਇਆ ਹਾਲੇਲੂਇਆ ਅੱਜ ਵੀ ਅਸੀਂ ਉਸ ਸਮਾਜ ਵਿੱਚ ਹੀ ਰਹਿ ਰਹੇ ਹਾਂ ਮਸੀਹ ਜੀਵਨ ਆ ਜਿਹੜਾ ਮਸੀਹ ਦੇ ਵਿੱਚ ਆ ਉਹ ਨਵੀਂ ਸ੍ਰਿਸ਼ਟੀ ਆ ਸਾਡੇ ਚਾਚਾ ਆਇਆ ਨਵਾਂ ਕੀ ਆਇਆ ਹੈਗਾ ਅੱਜ ਸਾਡੇ ਅੰਦਰ ਆਇਆ ਕੀ ਨਵਾਂ ਅਜੇ ਤੱਕ ਅਸੀਂ ਤੇ ਉਸੇ ਜੀਵਨ ਦੇ ਵਿੱਚ ਬੈਠੇ ਹੋਏ ਹਾਂ ਅੱਜ ਵੀ ਦਰਾਣੀ ਜਠਾਣੀ ਦੀ ਆਪਸ ਵਿੱਚ ਨਹੀਂ ਬਣਦੀ ਘਰ ਦੇ ਵਿੱਚ ਉਹ ਕਹਿਣਗੇ ਇਹਨੇ ਮੈਂ ਕਮਾਉਣਾ ਹੀ ਨਹੀਂ ਸਾਰੀ ਜ਼ਿੰਦਗੀ ਚਰਚ ਵੀ ਆ ਰਹੀ ਉਹ ਚਰਚ ਵੀ ਆ ਰਹੀ ਆ ਭੈਣ ਉਹ ਤੋਂ ਬਾਅਦ ਵਿੱਚ ਵੀ ਜਾ ਕੇ ਆਪਣੇ ਘਰ ਦੇ ਵਿੱਚ ਉਹਨਾਂ ਨਫ਼ਰਤ ਕਰਦੀ ਹੈ ਨੌ ਸੱਸ ਦੀ ਕਦੀ ਨਹੀਂ ਬਣਦੀ ਹੈਗੀ ਉਹ ਨਫ਼ਰਤ ਕਰਦੇ ਆਪਸ ਵਿੱਚ ਰੋਜ਼ ਹੀ ਆਪਣੇ ਘਰ ਨੂੰ ਕਹਿਣਗੇ ਆਪਣੀ ਮਾਂ ਨੂੰ ਹਟਾ ਲਾ ਆਪਣੀ ਮਾਂ ਨੂੰ ਹਟਾ ਲਾ ਕਿਉਂ ਮੈਂ ਤੁਹਾਨੂੰ ਇੱਕ ਸਾਡੇ ਘਰ ਦੀ ਇੱਕ ਸੱਚੀ ਕਹਾਣੀ ਦੱਸਦਾ ਜਦੋਂ ਮੇਰਾ ਵਿਆਹ ਔਰ ਮੇਰੀ ਘਰਵਾਲੀ ਨੇ ਰੋਜ਼ ਆਉਂਦਿਆਂ ਮੈਨੂੰ ਕਹਿਣਾ ਮੰਮੀ ਨੇ ਅੱਜ ਮੈਨੂੰ ਇੱਦਾਂ ਕਿਹਾ ਮੰਮੀ ਨੇ ਇੱਦਾਂ ਕਿਹਾ ਹੁਣ ਉਹਨਾਂ ਨੂੰ ਪਤਾ ਨਹੀਂ ਕੀ ਕੁਛ ਕਹਿ ਰਿਹਾ ਕਰਨਾ ਮੰਮੀ ਨੇ ਮੈਨੂੰ ਕਹਿਣਾ ਤੇਰੀ ਘਰਵਾਲੀ ਇੱਦਾਂ ਕਹਿੰਦੀ ਤੇਰੇ ਘਰੇ ਮੈਂ ਬੜਾ ਦੁਖੀ ਹੋ ਗਿਆ ਮੈਂ ਤੁਹਾਨੂੰ ਦੋਵਾਂ ਨੂੰ ਮੈਂ ਇਹਨੂੰ ਕਹਿਣਾ ਮੈਂ ਕਿਸੇ ਨੂੰ ਕੁਛ ਨਹੀਂ ਨਾ ਆਪਣੀ ਮਾਂ ਨੂੰ ਕਦੀ ਪੁੱਛਿਆ ਨਾ ਇਹਨੂੰ ਕਹਿਣਾ ਠੀਕ ਹੈ ਮੈਂ ਸਵੇਰੇ ਪੁੱਛੂੰਗਾ ਮੰਮੀ ਨੂੰ ਇੱਕ ਦਿਨ ਮੈਂ ਦੋਵਾਂ ਨੂੰ ਬਿਠਾਇਆ ਮੈਂ ਕਿਹਾ ਮੇਰੀ ਸੁਣੋ ਗੱਲ ਮੈਂ ਆ ਬਾਹਰ ਕੰਮ ਕਰਨਾ ਤੇ ਤੁਹਾਡੀ ਦੋਵਾਂ ਦੀ ਆਪਸ ਨਹੀਂ ਬਣੂਗੀ ਤੇ ਸਾਡਾ ਘਰ ਨਹੀਂ ਚੱਲੂਗਾ ਦੋਵਾਂ ਨੂੰ ਬਿਠਾਇਆ ਉਹਨੂੰ ਕਿਹਾ ਕਿ ਮੰਮੀ ਤੁਹਾਨੂੰ ਧੀ ਸਮਝ ਔਰ ਇਹਨੂੰ ਕਿਹਾ ਕਿ ਤੁਹਾਨੂੰ ਆਪਣੀ ਮਾਂ ਸਮਝ ਫਿਰ ਸਾਡੇ ਘਰ ਦਾ ਗੁਜ਼ਾਰਾ ਹੋਊਗਾ ਅੱਜ ਪਰਮੇਸ਼ੁਰ ਦੇ ਪਿਆਰੇ ਲੋਕੋ ਅੱਜ ਸਾਡੇ ਵਿਆਹ ਨੂੰ 2009 ਤੋਂ ਲੈ ਕੇ ਅੱਜ ਤੱਕ ਅਸੀਂ ਉਸੇ ਤਰ੍ਹਾਂ ਆਪਣੇ ਘਰ ਦੇ ਵਿੱਚ ਰਹਿ ਰਹੇ ਹਾਂ ਜੋ ਪਰਮੇਸ਼ੁਰ ਨੇ ਮੈਨੂੰ ਸਿਖਾਇਆ ਮੈਂ ਆਪਣੇ ਪਰਿਵਾਰ ਨੂੰ ਸਿਖਾਉਣਾ ਸ਼ੁਰੂ ਕੀਤਾ ਅਸੀਂ ਚਰਚ ਆਉਣ ਤੋਂ ਬਾਅਦ ਵਿੱਚ ਵੀ ਸਿਰਫ ਪ੍ਰਭੂ ਨੂੰ ਜਾਣਨ ਵਾਲੇ ਹੀ ਬਣੇ ਆ ਬਾਈਬਲ 'ਚ ਲਿਖਿਆ ਪੰਜ ਮੂਰਖ ਤੇ ਪੰਜ ਚਾਤਰਾਂ ਸੀ ਪਈਆ ਮੂਰਖਾਂ ਨੇ ਕੀ ਕਰ ਦਿੱਤਾ ਆਪਣੇ ਕੋਲ ਐਕਸਟਰਾ ਵਾਧੂ ਤੇਲ ਨਹੀਂ ਲਿਆ ਔਰ ਜਿਹੜੀਆਂ ਪੰਜ ਚਾਤਰ ਸੀ ਸਮਝਦਾਰ ਸੀ ਸਮਝਦਾਰ ਉਹ ਜੋ ਚਰਚ ਆਉਣ ਤੋਂ ਬਾਅਦ ਵਿੱਚ ਬਦਲ ਜਾਂਦੇ ਹੈਗੇ ਆ ਔਰ ਮੂਰਖ ਉਹ ਆ ਜਿਹੜੇ ਚਰਚ ਆਉਣ ਤੋਂ ਬਾਅਦ ਵਿੱਚ ਵੀ ਨਹੀਂ ਬਦਲਦੇ ਜਿਨ੍ਹਾਂ ਦੇ ਅੰਦਰ ਹਜੇ ਵੀ ਘਮੰਡ ਭਰਿਆ ਆ ਉਹਨਾਂ ਨੂੰ ਆਪਣੀ ਬੁੱਧੀ ਤੇ ਘਮੰਡ ਆ ਪੈਸੇ ਤੇ ਘਮੰਡ ਆ ਮੇਰੇ ਪੇਕੇ ਬਹੁਤ ਤਕੜੇ ਆ ਫਿਰ ਕੀ ਹੋ ਗਿਆ ਗਰੀਬ ਹੁੰਦਿਆਂ ਇੱਕ ਸੈਕਿੰਡ ਵੀ ਨਹੀਂ ਲੱਗਦਾ ਅਮੀਰ ਹੋਊਗਾ ਕੋਈ ਕਿਤੇ ਵੀ ਹੋਵੇ ਗਰੀਬ ਹੋਊਗਾ ਨਾ ਕਿਸੇ ਅਮੀਰ ਨੇ ਕਿਸੇ ਗਰੀਬ ਨੂੰ ਦੇਣਾ ਨਾ ਗਰੀਬ ਦੇ ਕਿਸੇ ਅਮੀਰ ਨੂੰ ਕੋਲ ਮੰਗਣ ਚੱਲ ਜਾਣਾ ਹੈਗਾ ਗੁਜ਼ਾਰਾ ਆਪੋ ਆਪਣੇ ਘਰ ਦਾ ਆਪ ਨੂੰ ਕਰਨਾ ਪੈਂਦਾ ਹੈ ਮੈਂ ਸਿਰਫ ਇਸ ਕਰਕੇ ਸਮਝਾ ਰਿਹਾ ਮੈਂ ਜ਼ਿਆਦਾਤਰ ਪਰਿਵਾਰ ਦੇ ਬਾਰੇ ਸਿੱਖਿਆ ਦੇਣਾ ਬੜਾ ਪਸੰਦ ਕਰਦਾ ਹਾਂ ਅਸੀਂ ਚਰਚ ਤੇ ਆ ਜਾਂਦੇ ਹੈਗੇ ਹਾਂ ਚੰਗਿਆਈਆਂ ਤੇ ਲੈ ਲੈਂਦੇ ਹਾਂ ਚੰਗਿਆਈਆਂ ਦੇ ਵਚਨ ਸੁਣ ਲੈਂਦੇ ਹਾਂ ਪ੍ਰਭੂ ਤੁਹਾਨੂੰ ਅੱਜ ਹੀ ਠੀਕ ਕਰੇਗਾ ਜੇ ਕਰੇਗਾ ਉਹ ਕਰੇਗਾ ਪ੍ਰਭੂ ਕਹਿੰਦਾ ਮੈਂ ਸਭ ਕੁਛ ਕਰਤਾ ਪਰ ਤੂੰ ਕੀ ਕੀਤਾ ਹੈਗਾ ਤੂੰ ਤੇ ਹਜੇ ਵੀ ਓਦਾਂ ਦਾ ਓਦਾਂ ਹੀ ਬੈਠਾ ਹੈਗਾ ਆਣ ਕੇ
ਤੁਸੀਂ ਹਜੇ ਵੀ ਚਰਚ ਦੇ ਚੋਣ ਤੋਂ ਬਾਅਦ ਚੋਦਾਂ ਦਾ ਉੱਤੇ ਬੈਠਾ ਹੈਗਾ। ਨੌਜਵਾਨ ਮੁੰਡੇ ਕੁੜੀਆਂ ਅੱਜ ਵੀ ਚਰਚ ਆਉਣ ਤੋਂ ਬਾਅਦ ਚ ਮੋਬਾਈਲ ਦੇ ਵਿੱਚ ਉਹੀ ਗੰਦ ਮੰਦ ਭਰਿਆ, ਉਹੀ ਗਾਣੇ ਚੱਲਦੇ ਆ। ਸਾਡੇ ਮਸੀਹ ਲੋਕਾਂ ਦੇ ਘਰਾਂ ਦੇ ਵਿੱਚ ਵੀ ਜਾ ਕੇ ਵੇਖੋ, ਫਿਲਮੀ ਗਾਣੇ ਲੱਗੇ ਹੁੰਦੇ ਆ, ਅੱਜ ਵੀ ਡੀਜੇ ਤੇ ਜਾ ਕੇ ਨੱਚਦੇ ਹੈਗੇ ਆ, ਔਰ ਰਾਤ ਨੂੰ ਸ਼ਰਾਬਾਂ ਪੀਂਦੇ ਆ, ਔਰ ਦਿਨ ਨੂੰ ਉੱਠ ਕੇ ਕਹਿੰਦੇ ਮੈਂ ਯਿਸੂ ਮਸੀਹ ਦਾ ਮੰਨਦਾ ਆ, ਮੈਂ ਅੱਜ ਯਿਸੂ ਮਸੀਹ ਦਾ ਚੇਲਾ ਆ। ਪਰਮੇਸ਼ੁਰ ਏਦਾਂ ਦੇ ਲੋਕਾਂ ਨੂੰ ਕਦੀ ਪਸੰਦ ਨਹੀਂ ਕਰਦਾ, ਕਿਉਂਕਿ ਪਰਮੇਸ਼ੁਰ ਕਹਿੰਦਾ ਤੁਸੀਂ ਤੇ ਸਿਰਫ ਜਾਣਦੇ ਆ, ਸਮਝਦੇ ਨਹੀਂ। ਮੈਨੂੰ ਜਿੱਦਣ ਸਮਝ ਆ ਗਈ ਉਦਣ ਪਤਾ ਲੱਗਦਾ ਕਿ ਪਰਮੇਸ਼ੁਰ ਕੌਣ ਹੈਗਾ ਆ। ਅੱਜ ਸਿਰਫ ਅਸੀਂ ਜਾਣਦੇ ਹਾਂ, ਔਰ ਜਾਣਨ ਦਾ ਕਰਕੇ ਸਾਡੇ ਪਰਿਵਾਰਾਂ ਦੇ ਵਿੱਚ ਦੁੱਖ ਹੈਗਾ। ਬਾਈਬਲ ਦਾ ਇੱਕ ਬਹੁਤ ਹੀ ਵਧੀਆ ਇੱਕ ਕਰੈਕਟਰ ਹੈਗਾ ਜੋ ਮੈਨੂੰ ਬਹੁਤ ਹੀ ਪਸੰਦ ਆ, ਜੱਕੀ ਦਾ, ਲੂਕਾ 19 ਦੇ ਅਧਿਆਇ ਵਿੱਚ ਉਹ ਇੱਕ ਬਹੁਤ ਹੀ ਅਦਭੁਤ ਇੱਕ ਸਟੋਰੀ ਲਿਖੀ ਗਈ ਹੈਗੀ ਹੈ। ਜੱਕੀ, ਜੱਕੀ ਦਾ ਮਤਲਬ ਕੀ ਹੁੰਦਾ ਆ? ਜੱਕੀ ਦਾ ਮਤਲਬ ਹੈ ਧਰਮੀ। ਜੱਕੀ ਦਾ ਮਤਲਬ ਕੀ ਆ? ਧਰਮੀ। ਜਦੋਂ ਜੱਕੀ ਦੇ ਮਾਂ ਪਿਓ ਨੇ ਉਹਦਾ ਨਾਂ ਰੱਖਿਆ ਹੋਊਗਾ, ਉਹ ਸੋਚਦੇ ਹੋਣਗੇ ਮੇਰਾ ਮੁੰਡਾ ਬੜਾ ਧਰਮੀ ਆ, ਇਹ ਬੜਾ ਵੱਡਾ ਹੋ ਕੇ ਬੜੇ ਵੱਡੇ ਵੱਡੇ ਕੰਮ ਕਰੂਗਾ, ਇਹ ਪਰਮੇਸ਼ੁਰ ਦੇ ਵਾਸਤੇ ਕੁਛ ਕਰੂਗਾ। ਪਰ ਉਹ ਕੀ ਬਣ ਗਿਆ? ਉਹ ਇੱਕ ਚੁੰਗੀ ਲੈਣ ਵਾਲਾ ਬਣ ਗਿਆ। ਮਤਲਬ ਇਜ਼ਰਾਈਲੀ ਲੋਕਾਂ ਦੀ ਨਜ਼ਰ ਯਹੂਦੀ ਦੇ ਲੋਕਾਂ ਚੋਂ ਇੱਕ ਪਾਪ ਦਾ ਕੰਮ ਕਰਨ ਡਿਆ ਪਿਆ। ਲੋਕਾਂ ਦੇ ਕੋਲੋਂ ਡਬਲ ਟ੍ਰਿਪਲ ਪੈਸੇ ਲੈਣੇ, ਕਿਉਂਕਿ ਉਸ ਟਾਈਮ ਤੇ ਰੋਮ ਸਰਕਾਰ ਕਿਸੇ ਨੂੰ ਤਨਖਾਹ ਨਹੀਂ ਸੀ ਦਿੰਦੀ ਹੁੰਦੀ, ਉਸ ਟਾਈਮ ਤੇ ਕੋਈ ਤਨਖਾਹ ਨਹੀਂ ਸੀ ਹੈਗੀ। ਔਰ ਜੱਕੀ ਨੂੰ ਕਿਹਾ, ਉਹਨਾਂ ਨੂੰ ਦੱਸਿਆ ਜਾਂਦਾ ਸੀ ਕਿ ਇੰਨਾ ਪੈਸਾ ਸਾਨੂੰ ਚਾਹੀਦਾ, ਬਾਕੀ ਤੁਸੀਂ ਕਿੰਨੇ ਮਰਜ਼ੀ ਲਓ। ਔਰ ਆਪਣੀ ਮਰਜ਼ੀ ਨਾਲ ਉਹ ਕਰਦੇ ਸੀ, ਟੈਕਸ ਲੈਂਦੇ ਸੀ ਲੋਕਾਂ ਦੇ ਕੋਲੋਂ, ਔਰ ਵੱਧ ਪੈਸਾ ਲੈ ਕੇ ਆਣ ਕੇ ਆਪਣੇ ਕੋਲ ਰੱਖਦੇ ਸੀ। ਤਾਂ ਜੋ ਜੱਕੀ ਨੇ ਬਾਅਦ ਵਿੱਚ ਕਿਹਾ, ਪਰਮੇਸ਼ੁਰ ਮੈਂ ਆਪਣਾ ਅੱਧਾ ਮਾਲ ਤਾਂ ਨਾਜੀ ਟੰਗਾਲਾਂ ਦੇ ਵਿੱਚ ਵੰਡ ਦਿੰਦਾ ਆ, ਔਰ ਜੇ ਮੈਂ ਕਿਸੇ ਕੋਲੋਂ ਧੋਖੇ ਨਾਲ ਲਿਆ ਆ ਤੇ ਮੈਂ ਕੀ ਕਰਦਾ? ਉਹਨੂੰ ਚਾਰ ਗੁਣਾ ਕੀ ਕਰਦਾ ਆ? ਅੱਜ ਤੁਸੀਂ ਕਿਸੇ ਨੂੰ ਚਾਰ ਗਾਲਾਂ ਕੱਢੀਆਂ ਹੋਣ ਤੇ ਚਾਰ ਗੁਣਾ ਜ਼ਿਆਦਾ ਗਾਲਾਂ ਕੱਢੋਗੇ ਜਾ ਕੇ ਉਹਨੂੰ? ਜੇ ਅਸੀਂ ਪਛਾਤਾਪ ਕਰਨਾ ਵਾ ਕੀ ਕਰਾਂਗੇ ਫਿਰ? ਉਹਨੇ ਕਿਹਾ ਨਾ, ਮੈਂ ਕਿਸੇ ਨੂੰ ਧੋਖੇ ਨਾਲ ਜੋ ਲਿਆ ਮੈਂ ਵਾਪਸ ਦੇ ਦਿੰਦਾ ਹੈਗਾ ਆ। ਅੱਜ ਤੁਸੀਂ ਸੋਚ ਕੇ ਵੇਖੋ ਕਿ ਤੁਸੀਂ ਆਪਣੇ ਜੀਵਨ ਦੇ ਵਿੱਚ ਕੀ ਲਿਆ ਹੈਗਾ, ਤੁਸੀਂ ਵਾਪਸ ਕੀ ਦਓਗੇ ਹੁਣ ਉਹਨੂੰ? ਹਾਲੇਲੂਇਆ, ਹਾਲੇਲੂਇਆ। ਜੱਕੀ ਦੇ ਬਾਰੇ ਤਿੰਨ ਚੀਜ਼ਾਂ ਕੇ ਸੁਣਨਾ, ਸੋਚਣਾ ਔਰ ਕਰਨਾ। ਜੱਕੀ ਨੇ ਸੁਣਿਆ ਕਿ ਯਿਸੂ ਮਸੀਹ ਨਾਂ ਦਾ ਇੱਕ ਕੋਈ ਵਿਅਕਤੀ ਜਾਂ ਕੋਈ ਇਨਸਾਨ ਹੈਗਾ ਆ ਜਿਹੜਾ ਇਸ ਦੁਨੀਆ ਤੇ ਆਇਆ ਹੈਗਾ ਆ, ਔਰ ਲੋਕਾਂ ਨੂੰ ਕੀ ਦਿੰਦਾ ਹੈਗਾ ਆ? ਚੰਗਿਆਈ ਦਿੰਦਾ ਹੈਗਾ। ਔਰ ਯਾਦ ਰੱਖੋ, ਜੱਕੀ ਨੂੰ ਕੋਈ ਬਿਮਾਰੀ ਨਹੀਂ ਹੈਗੀ। ਅੱਜ ਅਸੀਂ ਚਰਚ ਵਿੱਚ ਆਉਂਦੇ ਹਾਂ ਬਿਮਾਰੀਆਂ ਕਰਕੇ, ਪਰੇਸ਼ਾਨੀਆਂ ਦੇ ਕਰਕੇ, ਪਰ ਜੱਕੀ ਨੂੰ ਕੋਈ ਵੀ ਬਿਮਾਰੀ ਨਹੀਂ ਹੈਗੀ, ਉਹਨੂੰ ਕੋਈ ਬਿਮਾਰੀ ਨਹੀਂ ਹੈਗੀ। ਹਾਲੇਲੂਇਆ। ਉਹਦੇ ਜੀਵਨ ਚ ਇੱਕੋ ਚੀਜ਼ ਦੀ ਘਾਟ ਹੋ ਗਈ ਆ, ਸ਼ਾਂਤੀ ਨਹੀਂ ਹੈਗੀ। ਉਹ ਸ਼ਾਂਤੀ ਨੂੰ ਲੱਭਦਾ ਆ ਕਿ ਮੈਨੂੰ ਕਿਤੇ ਕੋਈ ਸ਼ਾਂਤੀ ਦਾ ਰਾਜਕੁਮਾਰ ਮਿਲ ਜਾਏ, ਔਰ ਉਹ ਸ਼ਾਂਤੀ ਦਾ ਰਾਜਕੁਮਾਰ ਪ੍ਰਭੂ ਯਿਸੂ ਮਸੀਹ ਆ। ਜੱਕੀ ਨੇ ਜਦੋਂ ਸੁਣਿਆ ਕਿ ਯਿਸੂ ਮਸੀਹ ਅੱਜ ਇਸ ਰਸਤੇ ਤੇ ਆ ਰਹੇ ਆ, ਉਹਨੂੰ ਵੇਖਣ ਦੀ ਚਾਹਤ ਪੈਦਾ ਹੋਈ। ਯਾਦ ਰੱਖਿਓ, ਸੁਣਨਾ, ਸੁਣਨਾ ਸਾਡੇ ਜੀਵਨ ਦੇ ਵਿੱਚ ਬਹੁਤ ਵੱਡੀ ਇੱਕ ਪਾਵਰ ਹੈ ਕਿ ਅਸੀਂ ਸੁਣਦੇ ਕੀ ਹੈਗੇ ਆ। ਕਿਸੇ ਨੂੰ ਪਤਾ ਲੱਗੇ ਨਾ, ਅੱਜ ਪਿੰਡ ਵਿੱਚ ਬੰਦਗੀ ਆ, ਉਹ ਕਹਿੰਦਾ ਛੱਡ ਬੜੀ, ਅੱਜ ਠੰਡ ਬੜੀ ਆ, ਮੈਂ ਸੌਣ ਲੱਗਾ। ਤੁਹਾਡਾ ਸੁਣਨਾ ਬੜਾ ਜ਼ਰੂਰੀ ਹੈਗਾ। ਪਾਸਟਰ ਸਾਹਿਬ ਹੋਣਾ ਹੋ ਸਕਦਾ ਹੋਰ ਵੀ ਬੜੇ ਲੋਕਾਂ ਨੂੰ ਕਿਹਾ ਹੋਵੇ ਕਿ ਅੱਜ ਪਿੰਡ 'ਚ ਬੰਦਗੀ, ਔਰ ਹੋਰ ਵੀ ਬਹੁਤ ਸਾਰੇ ਲੋਕ ਜਾਂਦੇ ਹੋਣਗੇ ਚਰਚ ਜਿੱਥੋਂ, ਇਹ ਨਹੀਂ ਕਿ ਸਿਰਫ ਤੁਸੀਂ ਹੈਗੇ ਆ, ਬਾਕੀ ਕਿਉਂ ਨਹੀਂ ਆਏ? ਕਈਆਂ ਨੂੰ ਤਾਂ ਉਹਨਾਂ ਦੇ ਪਾਸਟਰ ਨੇ ਮਨਾ ਕੀਤਾ ਨਾ, ਓਏ ਦੂਜੀ ਚਰਚ ਵਿੱਚ ਨਾ ਜਾਏ, ਕਿੱਦਾਂ ਆਉਣਗੇ ਉਹ ਵਿਚਾਰੇ? ਹਾਲੇਲੂਇਆ। ਉਹ ਵੀ ਕੀ ਕਰਦੇ? ਪਰਮੇਸ਼ੁਰ ਨੂੰ ਸਿਰਫ ਜਾਣਦੇ ਆ, ਸਮਝਦੇ ਨਹੀਂ ਹੈਗੇ, ਸਮਝਦੇ ਨਹੀਂ ਹੈਗੇ। ਵਚਨ ਸੁਣਨ ਵਾਸਤੇ ਤੁਸੀਂ ਜਿੱਥੇ ਮਰਜ਼ੀ ਜਾਓ, ਵਚਨ ਜੀਵਨ ਨੂੰ ਬਦਲ ਦਿੰਦਾ ਹੈਗਾ। ਤੁਹਾਡਾ ਸੁਣਨਾ ਕਿੱਦਾਂ ਦਾ? ਜੱਕੀ ਨੂੰ ਜਦੋਂ ਪਤਾ ਲੱਗਾ ਪ੍ਰਭੂ ਯਿਸੂ ਮਸੀਹ ਆ ਰਹੇ ਆ, ਉਹਨੇ ਸੁਣਿਆ, ਔਰ ਸੁਣਨ ਤੋਂ ਬਾਅਦ ਚ ਸਾਡੇ ਵਾਂਗੂ ਇਹ ਨਹੀਂ ਕਿ ਅੱਜ ਬੜੀ ਭੀੜ ਆ। ਉੱਥੇ ਲਿਖਿਆ ਕਿ ਜੱਕੀ ਕੱਦ ਦਾ ਛੋਟਾ ਸੀ, ਔਰ ਉਹਨੂੰ ਲੋਕਾਂ ਨੇ ਅੱਗੇ ਨਹੀਂ ਜਾਣ ਦਿੱਤਾ। ਤੁਹਾਨੂੰ ਪਤਾ ਸਾਡੇ ਕੋਈ ਗਿੱਠਾ ਜਿਹਾ ਬੰਦਾ ਹੋਵੇ, ਔਰ ਬਾਕੀ ਸਭ ਲੰਬੇ ਲੰਬੇ ਉਧਰ ਉਹ ਚੱਲ ਪਰੇਡ ਤੋਂ ਕਿਤੇ ਤੁਰਿਆ ਫਿਰਦਾ ਵਿੱਚ, ਉਹ ਜਾਣਾ ਵੈਸੇ ਹੀ ਲੋਕਾਂ 'ਚ ਵੱਜਦਾ ਫਿਰਦਾ ਨਾ। ਔਰ ਉਹਨੇ ਨਹੀਂ ਸੋਚਿਆ ਕਿ ਅੱਜ ਮੈਂ ਚੱਲ ਕੋਈ ਨਹੀਂ ਆ, ਬਾਅਦ ਵਿੱਚ ਕਿਤੇ ਸਹੀ ਮੈਂ ਫਿਰ ਯਿਸੂ ਮਸੀਹ ਨੂੰ ਵੇਖੂੰਗਾ। ਉਹਨੇ ਉੱਥੇ ਨਹੀਂ ਆਪਣਾ ਮਨ ਬਣਾਇਆ, ਕਿਉਂਕਿ ਉਹ ਸੁਣ ਚੁੱਕਿਆ ਸੀ। ਅਸੀਂ ਸੁਣਨ ਤੋਂ ਬਾਅਦ ਵਿੱਚ ਕਿੱਦਾਂ ਸੋਚਦੇ ਹੈਗੇ ਆ? ਕਈ ਸੋਚਦੇ ਨੇ ਉਹ ਛੇਤੀ ਵਚਨ ਖਤਮ ਹੋਵੇ ਤਾਂ ਫਟਾਫਟ ਚੌਲ ਖਾ ਖੂਗੇ ਤੇ ਫਟਾਫਟ ਘਰ ਨੂੰ ਜਾਈਏ ਅਸੀਂ। ਉਹ ਜਾ ਕੇ ਕੀ ਕਰਨਾ ਬਾਅਦ ਵਿੱਚ? ਕਹਿੰਦੇ 10 ਮਿੰਟ ਅਸੀਂ ਪ੍ਰੇਅਰ ਨਹੀਂ ਕਰਦੀ ਹੈਗੀ, ਪਰਮੇਸ਼ੁਰ ਅੱਜ ਦੇ ਵਚਨ ਨੇ ਮੇਰੇ ਜੀਵਨ ਨੂੰ ਬਦਲ ਦੱਸੋ ਨਾ। ਛੱਡ ਪਰੇ, ਪਾਸਟਰ ਏਦਾਂ ਹੀ ਕਹਿੰਦੇ ਹੁੰਦੇ ਆ। ਨਹੀਂ, ਪਾਸਟਰ ਨਹੀਂ ਕਹਿੰਦੇ, ਪਵਿੱਤਰ ਆਤਮਾ ਜੋ ਕਹਿੰਦਾ ਉਹਨੂੰ ਗ੍ਰਹਿਣ ਕਰੋ।
ਪਵਿੱਤਰ ਆਤਮਾ ਜਦੋਂ ਤੁਹਾਨੂੰ ਕੁਝ ਸਿਖਾਉਣਾ ਚਾਹੁੰਦਾ ਉਹਨੂੰ ਸਿੱਖੋ ਔਰ ਆਪਣੇ ਜੀਵਨ ਨੂੰ ਬਦਲੋ। ਅਸੀਂ ਆਪਣੇ ਘਰਦਿਆਂ ਦੀ ਗੱਲ ਨਹੀਂ ਮੰਨਦੇ, ਪਵਿੱਤਰ ਆਤਮਾ ਦੀ ਅਸੀਂ ਕਿੱਥੋਂ ਮੰਨਣੀ ਹੈ ਨਾ। ਹਾਲੇਲੂਇਆ ਹਾਲੇਲੂਇਆ। ਅਸੀਂ ਪਰਿਵਾਰ ਦੀ ਗੱਲ ਨੂੰ ਕਦੀ ਕਦੀ ਨਹੀਂ ਮੰਨਦੇ। ਸੁਣਨਾ ਤੁਹਾਡਾ ਕਿੰਨਾ ਅਹਿਮੀਅਤ ਰੱਖਦਾ ਹੈਗਾ। ਜੇ ਕਿਸੇ ਸੁਣਿਆ ਕਿ ਅੱਜ ਯਿਸੂ ਮਸੀਹ ਆਉਣ ਵਾਲਾ ਆ ਔਰ ਉਹਨੂੰ ਵੇਖਣ ਵਾਸਤੇ ਉਹ ਇੱਕ ਪੇੜ ਦੇ ਉੱਪਰ ਚੜ ਗਿਆ। ਬਾਈਬਲ ਚ ਲਿਖਿਆ ਕਿ ਜਦੋਂ ਤੱਕ ਤੁਹਾਡੀ ਸੋਚ ਸਮਝ ਜਾਂ ਤੁਹਾਡਾ ਦਿਲ ਜਿਹੜਾ ਬੱਚਿਆਂ ਦੇ ਵਾਂਗ ਨਹੀਂ ਹੋਊਗਾ, ਤੁਸੀਂ ਸਵਰਗ ਦੇ ਵਿੱਚ ਕਦੀ ਨਹੀਂ ਜਾ ਸਕਦੇ। ਯਕੀਨ ਇੱਕ ਬੱਚੇ ਦੇ ਵਾਂਗੂ ਲਿਖਿਆ ਦੌੜਿਆ ਆ, ਬੱਚੇ ਦੇ ਵਾਂਗੂ ਦੌੜਿਆ। ਅੱਜ ਸਾਨੂੰ ਕਿਤੇ ਪਤਾ ਲੱਗੇ ਨਾ ਬੰਦਗੀ ਹੋਣ ਨਹੀਂ ਹੈਗੀ ਆ, ਅਸੀਂ ਦੌੜ ਕੇ ਕਦੀ ਨਹੀਂ ਜਾਵਾਂਗੇ। ਉਹ ਚੱਲ ਕੋਈ ਨੀ, ਭਜਨ ਚੱਲਣ ਡੇ ਆ, ਹੋ ਲੈਣਗੇ ਖਤਮ, ਬਾਅਦ ਵਿੱਚ ਜਾਂਦੇ ਆ। ਅਜੇ ਆਰਾਧਨਾ ਹੋਣ ਡੇ ਆ, ਅਜੇ ਕੀ ਕਰਨਾ, ਜਿੱਦਾਂ ਵਚਨ ਦੇ ਬੜਾ ਮਨ ਲਾ ਲੈਣਾ ਚਾਹੀਦਾ। ਉਹ ਤੋਂ ਬਾਅਦ ਆਖਰ ਨਹੀਂ ਕਹਿੰਦਾ ਬਸ ਪਾਸਟਰ ਫਟਾਫਟ ਪ੍ਰਾਰਥਨਾ ਕਰਦੇ ਮੈਂ ਘਰ ਪਹੁੰਚ ਜਾਂਦੇ, ਕਿਉਂਕਿ ਸਭ ਤੋਂ ਜ਼ਿਆਦਾ ਧਿਆਨ ਤੇ ਟੀਵੀ ਸੀਰੀਅਲ ਤੇ ਲੱਗਾ ਹੁੰਦਾ ਸਾਡਾ, ਕਿ ਕਿਤੇ ਲੰਘ ਨਾ ਜਾਵੇ ਕੋਈ ਕੋਈ ਸੀਨ ਨਾ ਲੰਘ ਜੇ ਕਿਤੇ। ਟੀਵੀ ਸੀਰੀਅਲ ਵੀ ਸਾਡੇ ਜ਼ਿੰਦਗੀ ਨੂੰ ਬਰਬਾਦ ਕਰਦੇ, ਕਿਉਂਕਿ ਸੁਣਦੇ ਆ ਗੰਦੇ ਬੰਦੇ ਜਿਹੜੇ ਗਾਣੇ ਆ ਉਹਨਾਂ ਨੂੰ ਸੁਣਦੇ ਆ। ਆ ਕਈਆਂ ਜਗ੍ਹਾ ਦੇ ਉੱਪਰ ਕਈ ਭੈਣਾਂ ਜਿਹੜੀਆਂ ਹੈਗੀਆਂ ਉਹ ਨੱਚਣ ਡਿਆਂ ਹੁੰਦੀਆਂ, ਭਰਾ ਵੀ ਲਾਗੇ ਖਲੋਤੇ, ਪਿਓ ਵੀ ਲਾਗੇ ਖਲੋਤੇ, ਔਰ ਗਾਣਾ ਕਿਹੜਾ ਚੱਲਣ ਡਿਆ ਹੁੰਦਾ ਆ। ਮੈਂ ਹੁਣ ਬੋਲ ਨਹੀਂ ਸਕਦਾ, ਕੀ ਦੱਸਾਂ ਤੁਹਾਨੂੰ। ਏਦਾਂ ਦਾ ਗਾਣਾ ਚੱਲਣ ਡਿਆਂਦਾ, ਉਹ ਮਾਂ ਪਿਓ ਨੂੰ ਸਮਝ ਨਹੀਂ ਆਉਂਦੀ ਕਿ ਮੇਰੀ ਕੁੜੀ ਨੱਚਣ ਡਈ ਆ, ਔਰ ਉਹ ਗਾਣਾ ਚੱਲਣ ਡਿਆ ਲੱਕ 28 ਕੁੜੀ ਦਾ, ਔਰ ਪਿਓ ਵੀ ਖੁਸ਼ ਹੋ ਕੇ ਦੇਖਣ ਦਾ, ਵਾਹ ਮੇਰੀ ਬੇਟੀ ਨੇ ਕਮਾਲ ਕਰ ਦਿੱਤਾ ਅੱਜ। ਤੁਹਾਡਾ ਸੁਣਨਾ, ਤੁਹਾਡਾ ਸੁਣਨਾ ਕਿੱਦਾਂ ਦਾ, ਤੁਸੀਂ ਸੁਣਦੇ ਕੀ ਹੈਗੇ ਆ। ਪ੍ਰਭੂ ਦਾ ਵਚਨ ਚੇਤੇ ਨਹੀਂ ਰਹਿੰਦਾ, ਪਰ ਗਾਣੇ ਜਿਹੜੇ ਆ ਉਹ ਸਾਰੇ ਚੇਤੇ ਹੁੰਦੇ ਆ। ਕਹਿੰਦਾ ਡੀਜੇ ਲੱਗਾ ਉਹਨੇ ਕੰਨਾਂ ਦੇ ਉੱਥੇ ਪੈਰ ਐ ਕਰਨ ਦੇ ਹੁੰਦੇ ਆ, ਮੈਨੂੰ ਕੋਈ ਕਹਿ ਦਿਓ ਫਟਾਫਟ ਮੈਂ ਜਾ ਕੇ ਨੱਚਣਾ। ਔਰ ਜਦੋਂ ਆਰਾਧਨਾ ਦੇ ਵਿੱਚ ਕਿਤੇ ਆਰਾਧਨਾ ਹੁੰਦੀ ਆ ਉੱਥੇ ਕਦੀ ਨਹੀਂ। ਹੁਣੇ ਭਜਨ ਚੱਲਣ ਡਿਆ ਸੀ, ਭਜਨ ਚੱਲਿਆ, ਸਭ ਨੇ ਬੋਲਣ ਸੀ ਪਾਕ ਰੂਹ, ਹਾਂ ਹੱਥ ਉਠਾ ਕੇ ਕਿਦਾਂ ਪਾਕ ਰੂਹ ਕੀ ਬਾਰਿਸ਼ ਮੰਗੋ ਦੁਆ ਮੈਂ ਹੱਥ ਉਠਾ ਕਰ, ਸਾਰੇ ਕਿਤੋਂ ਚੁੱਕੇ ਸੀ ਹੱਥ। ਸ਼ੈਤਾਨ ਕਹਿੰਦਾ ਛੱਡ ਪਰੇ, ਏਦਾਂ ਹੀ ਤੇਰੇ ਮੀਂਹ ਪੈ ਜਾਣਾ, ਇਹਨੂੰ ਮੰਗਣ ਦੀ ਲੋੜ ਨਹੀਂ ਹੈਗੀ, ਏਦਾਂ ਹੀ ਮੀਂਹ ਪੈ ਜਾਣਾ ਤੇਰੇ। ਅਸੀਂ ਸੰਗਦੇ ਆ, ਸ਼ਰਮ ਆਉਂਦੀ ਸਾਨੂੰ। ਔਰ ਦੇਖਦੇ ਹੁਣੇ ਇੱਥੇ ਕਿਤੇ ਕੋਈ ਲੱਗਾ ਕਵੇ ਤੁਹਾਡੇ ਰਾਸ਼ਨ ਕਾਰਡ ਪਾਉਂਦੇ, ਅਸੀਂ ਫਟਾਫਟ ਮੇਰਾ ਨਹੀਂ ਬਣਿਆ, ਸਭ ਹੱਥ ਚੁੱਕਾਂਗੇ ਫਟਾਫਟ। ਕੋਈ ਸਰਕਾਰੀ ਸਕੀਮ ਵਾਸਤੇ ਅਸੀਂ ਦੋਵੇਂ ਹੱਥ ਚੁੱਕੇ ਕਹਿੰਦੇ ਕਿ ਮੇਰਾ ਹੱਥ ਦਿਖਣਾ ਚਾਹੀਦਾ ਆ ਅੱਜ ਪਰਮੇਸ਼ੁਰ ਨੂੰ ਹੱਥ ਦਿਖਾਉਣ ਵਾਸਤੇ, ਕਿਉਂਕਿ ਅਸੀਂ ਸੁਣਦੇ ਨਹੀਂ ਹੈਗੇ। ਗਾਣੇ ਸੁਣਨ ਵਾਸਤੇ ਸਾਡੀਆਂ ਬਾਹਾਂ ਨੱਚਣ ਵਾਸਤੇ ਉੱਪਰ ਜਾਂਦੀਆਂ ਆ, ਪਰ ਪਰਮੇਸ਼ੁਰ ਦੇ ਕੰਮਾਂ ਦੇ ਵਾਸਤੇ ਸਾਡੇ ਵਾਸਤੇ ਸਾਨੂੰ ਸ਼ਰਮ ਆਉਂਦੀ ਆ। ਲੋਕ ਬਾਹਰ ਖਲੋ ਕੇ ਵੇਖਣਗੇ ਕੀ ਕਹਿਣਗੇ, ਜੇ ਚੱਕੀ ਨੇ ਇੱਦਾਂ ਦਾ ਸੋਚਿਆ ਹੁੰਦਾ ਤਾਂ ਕਦੀ ਵੀ ਪਰਮੇਸ਼ੁਰ ਦੇ ਨਾਲ ਗੱਲ ਨਾ ਕਰ ਸਕਦਾ, ਔਰ ਪ੍ਰਭੂ ਯਿਸੂ ਮਸੀਹ ਦੇ ਘਰ ਨਾ ਜਾ ਸਕਦਾ। ਲਿਖਿਆ ਕਿ ਬੁੱਧੀਮਾਨ ਆਪਣੀ ਬੁੱਧੀ ਤੇ ਘਮੰਡ ਨਾ ਕਰੇ, ਤੁਹਾਡਾ ਸੁਣਨਾ ਜਿਹੜਾ ਆ ਉਹ ਤੁਹਾਡੀ ਬੁੱਧ ਦੇ ਅਨੁਸਾਰ ਨਾ ਹੋਵੇ, ਉਹ ਪਰਮੇਸ਼ੁਰ ਦੀ ਬੁੱਧ ਦੇ ਅਨੁਸਾਰ ਹੋਵੇ, ਉਹ ਪਰਮੇਸ਼ੁਰ ਦੀ ਬੁੱਧ ਦੇ ਅਨੁਸਾਰ ਹੋਵੇ ਜਿਹੜਾ ਹਿਰਦਿਆਂ ਗੁਰਦਿਆਂ ਨੂੰ ਜਾਂਚਣ ਵਾਲਾ ਆ। ਮਨੁੱਖ ਅਸੀਂ ਤਾਂ ਜਿਹੜਾ ਬਾਹਰ ਦਾ ਰੂਪ ਵੇਖਦੇ ਹਾਂ, ਪਰਮੇਸ਼ੁਰ ਤੇ ਅੰਦਰੋਂ ਵੇਖਦਾ ਤੁਸੀਂ ਹੁਣ ਵੀ ਬੈਠੇ ਕੀ ਸੋਚ ਰਹੇ ਹੈਗੇ ਆ, ਔਰ ਸੋਚ ਵੇਖੋ ਤੁਸੀਂ ਕੀ ਸੋਚਣ ਡੇ ਹੈਗੇ। ਹਜੇ ਵੀ ਧਿਆਨ ਲੱਗਾਣਾ, ਘਰ ਜਾ ਲੈਂਦੇ ਕੋਈ ਨੀ, ਅੱਜ ਵੇਖੂੰਗਾ ਮੈਂ ਘਰ ਜਾ ਕੇ ਵੇਖੀ, ਮੈਂ ਅੱਜ ਗੁਆਂਢੀਆਂ ਲੜਾਈ ਲੈਣੀ ਲੈਣੀ ਪੱਕੀ, ਮਾਫ਼ ਨਹੀਂ ਕਰਨਾ। ਅਸੀਂ ਉਲਟਾ ਲੜਾਈਆਂ ਦੇ ਪਿੱਛੇ ਪੈ ਜਾਂਦੇ ਹਾਂ। ਅਸੀਂ ਕਦੀ ਕਦੇ ਪਾਸਟਰ ਕਹਿੰਦੇ ਨਾ ਚਰਚ 'ਚ ਭੈਣ ਛੱਡ ਪਰੇ ਤਾਂ ਉਹਨੂੰ ਮਾਫ਼ ਕਰਦੇ, ਨਹੀਂ ਪਾਸਟਰ ਜੀ ਮੈਂ ਉਹਨੂੰ ਨਹੀਂ ਮਾਫ਼ ਕਰ ਸਕਦੀ ਕਦੀ ਵੀ। ਪਾਸਟਰ ਵਿਚਾਰਾ ਸੋਚਦਾ ਹੁੰਦਾ ਸੀ ਕੀ ਕਹਾਂ ਤੈਨੂੰ, ਉਹ ਕਦੀ ਕਦੀ ਡਰਦਾ ਹੋ ਜਿਹੜਾ ਚੱਲ ਇਹ ਵੀ ਨਾ ਕਿਤੇ ਚਰਚੋਂ ਨੂੰ ਹਟ ਜੇ, ਨਹੀਂ ਕਰਦਾ ਮਾਫ਼ ਤੇ ਆਪੇ ਪ੍ਰਭੂ ਤੈਨੂੰ ਦੱਸੂਗਾ ਕਿਤੇ। ਹਾਲੇਲੂਇਆ। ਕਿਉਂਕਿ ਇੱਕ ਸੇਵਕ ਤੁਹਾਨੂੰ ਸ਼ਾਇਦ ਨਹੀਂ ਦੱਸ ਸਕਦਾ ਉਦਾਂ ਕਿ ਤੁਹਾਡਾ ਮਾਫ਼ ਕਰਨਾ। ਬਾਈਬਲ 'ਚ ਲਿਖਿਆ ਜੇ ਤੁਸੀਂ ਲੋਕਾਂ ਦੇ ਅਪਰਾਧ ਮਾਫ਼ ਕਰੋਗੇ ਤੇ ਫਿਰ ਤੁਹਾਡਾ ਸਵਰਗੀ ਪਿਤਾ ਤੁਹਾਡੇ ਅਪਰਾਧ ਮਾਫ਼ ਕਰੂਗਾ। ਪਰ ਯਾਦ ਰੱਖੋ ਜੇ ਦੂਜਿਆਂ ਦੇ ਮਾਫ਼ ਨਾ ਕੀਤੇ ਤੇ ਤੁਹਾਡੇ ਕਿੱਦਾਂ ਮਾਫ਼ ਹੋ ਜਾਣਗੇ। ਜੇ ਮੈਂ ਦੂਜਿਆਂ ਦੇ ਅਪਰਾਧ ਉਹਨੂੰ ਮਾਫ਼ ਨਹੀਂ ਕਰਦਾ ਤੇ ਫਿਰ ਮੇਰੇ ਮੈਨੂੰ ਮਾਫ਼ ਕਿੱਦਾਂ ਕਰੂੰਗਾ, ਮੈਂ ਕਿੱਦਾਂ ਹੱਥ ਚੁੱਕ ਕੇ ਦੁਆ ਕਰਾਂ ਪਰਮੇਸ਼ੁਰ ਮੇਰੇ ਗੁਨਾਹ ਮਾਫ਼ ਕਰ। ਪਰਮੇਸ਼ੁਰ ਕਹਿੰਦਾ ਪਹਿਲਾਂ ਤੂੰ ਕੀਤੇ ਕਿਸੇ ਨੇ, ਕਿਉਂਕਿ ਅਸੀਂ ਸੁਣਦੇ ਨਹੀਂ ਹੈਗੇ। ਔਰ ਤੁਹਾਡਾ ਸੋਚਣਾ, ਚੱਕੀ ਨੇ ਸੁਣਿਆ ਕਿ ਪ੍ਰਭੂ ਯਿਸੂ ਮਸੀਹ ਇੱਧਰ ਦੀ ਆ ਰਹੇ ਆ, ਉਸ ਤੋਂ ਬਾਅਦ ਉਹਨੇ ਸੋਚਿਆ ਕਿ ਹੁਣ ਵੇਖਣਾ ਕਿੱਦਾਂ ਮੈਂ।
ਮੈਂ ਵੇਖਣਾ ਕਿੱਦਾਂ ਆ, ਉਹ ਆਪਣੇ ਦਿਮਾਗ ਤੇ ਸੋਚਣ ਲੱਗਾ, ਮੈਂ ਛੋਟਾ ਬੰਦਾ ਆ, ਮੈਂ ਬਹੁਤ ਗਿੱਠਾ ਆ, ਨਟ ਆ, ਮੈਂ ਕਿੱਦਾਂ ਵੇਖਾਂ ਪ੍ਰਭੂ ਨੂੰ? ਅੱਜ ਵੇਖਣ ਦੀ ਚਾਹਤ ਹੈਗੀ ਆ। ਯਿਸੂ ਮਸੀਹ ਦੇ ਨਾਲ ਬੜੀ ਵੱਡੀ ਭੀੜ ਸੀ, ਉਹ ਸਭ ਯਿਸੂ ਮਸੀਹ ਨੂੰ ਵੇਖਣ ਡਏ ਸੀ, ਸਭ ਦੇ ਸਭ। ਪਰ ਜੱਕੀ ਦਾ ਨਜ਼ਰੀਆ ਪ੍ਰਭੂ ਨੂੰ ਵੇਖਣ ਦਾ ਬਹੁਤ ਹੀ ਅਲੱਗ ਸੀ। ਸਭ ਵੇਖਣ ਡਏ ਸੀ ਕਿ ਪ੍ਰਭੂ ਨੇ ਕਿਸੇ ਵੱਲ ਧਿਆਨ ਕੀਤਾ। ਅੱਜ ਬਹੁਤ ਸਾਰੀ ਭੀੜ ਇਕੱਠੀ ਹੋ ਜਾਂਦੀ ਆ, ਚਰਚ ਵਿੱਚ ਆ ਜਾਂਦੇ ਆ, ਪਰ ਪ੍ਰਭੂ ਉਹਨੂੰ ਲੱਭਦਾ ਆ ਜੋ ਪ੍ਰਭੂ ਨੂੰ ਲੱਭਣ ਵਾਸਤੇ ਆਇਆ ਹੈਗਾ ਆ। ਜਿਹੜਾ ਪ੍ਰਭੂ ਨੂੰ ਲੱਭਣ ਵਾਸਤੇ ਆਇਆ, ਪ੍ਰਭੂ ਦੇ ਉਹਨੂੰ ਲੱਭਣ ਵਾਸਤੇ ਬੈਠਾ ਹੈਗਾ ਆ। ਕਿ ਅੱਜ ਕਿਹੜਾ ਮੇਰੀ ਖੋਜ ਵਿੱਚ ਆਇਆ ਗਾ? ਅਸੀਂ ਤੇ ਸਭ ਆਪਣੀ ਖੋਜ ਚ ਆਏ ਹਾਂ, ਉਹ ਤੇ ਯਿਸੂ ਮਸੀਹ ਦੇ ਪਿੱਛੇ ਇਸ ਕਰਕੇ ਸੀ। ਕੋਈ ਸੋਚਦਾ ਸੀ ਚੱਲ ਵਧੀਆ ਆ, ਅੱਜ ਕਿਤੇ ਰੋਟੀ ਮਿਲ ਜਾਣੀ, ਨਾਲ ਮੱਛੀਆਂ ਮਿਲ ਜਾਣੀਆਂ, ਵਧੀਆ ਲੰਗਰ ਮਿਲ ਜਾਣਾ, ਖਾ ਕੇ ਆਊਂਗਾ। ਕੁਝ ਗਲਤੀਆਂ ਕੱਢਣ ਵਾਸਤੇ ਕਹਿ ਹੁੰਦੇ ਸੀ, ਉਹ ਤੇ ਸਿਰਫ ਉਹ ਸੋਚਦੇ ਜੱਸਾ। ਪਰ ਚਾਰ ਚਾਹ ਬੜੀ ਗੱਲ ਗਲਤ ਕਹੀ, ਬਾਕੀ ਸਾਰਾ ਵਚਨ ਉਹਨੂੰ ਸਮਝ ਨਹੀਂ ਆਇਆ, ਬਸ ਇੱਕ ਗਲਤੀ ਨਜ਼ਰ ਆ ਗਈ। ਵੇਖਿਆ ਨਾ ਤੁਸੀਂ, ਇੱਥੇ ਵਾਈਟ ਬੋਰਡ ਲੱਗਾ ਹੋਵੇ ਨਾ ਪੂਰਾ ਵਾਈਟ, ਉਹਦੇ ਤੇ ਕਾਲਿਆ ਕਾਲਾ ਇੱਕ ਨਿਸ਼ਾਨ ਇੱਕ ਬਿੰਦੂ ਲਾਤੀ ਹੋਵੇ, ਤੁਹਾਨੂੰ ਕੀ ਦਿਖਾਈ ਦਊਗਾ? ਕੀ ਦਿਖਾਈ ਦਊਗਾ? ਬਾਕੀ ਪੂਰਾ ਵਾਈਟ ਬੋਰਡ ਨਹੀਂ ਦਿਖਾਈ ਦਊਗਾ, ਕੀ ਦਿਖਾਈ ਦਊਗਾ? ਇੱਕ ਛੋਟੀ ਜੀ ਕਾਲੇ ਰੰਗ ਦੀ ਉਹ ਬਿੰਦੀ। ਅੱਜ ਸਾਨੂੰ ਇਸੇ ਤਰ੍ਹਾਂ ਦਾ ਹੀ ਆ, ਉਹ ਗੱਲ ਤੇ ਚੁੱਕਦੀ ਆ ਜਿਹੜੀ ਜੀਵਨ ਨੂੰ ਸਹੀ ਕਰ ਸਕਦੀ ਹੈ। ਸਾਡੇ ਕਿਤੇ ਸੱਟ ਲੱਗੀ ਹੋਵੇ ਨਾ, ਅਸੀਂ ਕੀ ਪਾਉਂਦੇ ਉਹਦੇ ਉੱਪਰ? ਡਿਟੋਲ। ਉਹ ਲੱਗਦਾ ਕਿ ਨਹੀਂ ਲੱਗਦਾ? ਅਸੀਂ ਫਿਰ ਵੀ ਪਾਉਂਦੇ ਹਾਂ, ਨਿੰਮ ਜਿੰਨੀ ਮਰਜ਼ੀ ਕੋੜੀ ਫਿਰ ਵੀ ਪੀਂਦੇ ਹਾਂ। ਕਿਉਂ? ਅਸੀਂ ਆਰਾਮ ਚਾਹੁੰਦੇ ਹੈਗੇ ਹਾਂ। ਵਚਨ ਜਿੰਨਾ ਜ਼ਿਆਦਾ ਕੋੜਾ ਹੋਊਗਾ, ਛੇਤੀ ਵੀ ਉਨੀ ਜ਼ਿਆਦਾ ਠੀਕ ਹੋ ਜਾਊਗੀ। ਪਰ ਜਿੰਨਾ ਜ਼ਿਆਦਾ ਵਚਨ ਤੋਂ ਇਨਕਾਰ ਕਰੋਗੇ, ਇਹ ਮੇਰੇ ਵਾਸਤੇ ਨਹੀਂ ਹੈਗਾ, ਜ਼ਿੰਦਗੀ ਭਰ ਵੀ ਚਰਚ 'ਚ ਨਾ ਕੇ ਗੋਡੇ ਰਗੜੋਗੇ ਕੋਈ ਫਾਇਦਾ ਨਹੀਂ ਹੈਗਾ। ਕਈ ਵਾਰੀ ਲੋਕ ਕਹਿੰਦੇ ਨਾ, ਅੱਛਾ ਮੈਂ ਤੇ 10 ਸਾਲ ਹੋ ਗਏ ਚਰਚ ਜਾਂਦਿਆਂ, ਕੋਈ ਤਬਦੀਲੀ ਨਹੀਂ ਹੈਗੀ, ਉਹ ਤੋਂ ਬਾਅਦ ਵਿੱਚ ਕੀ ਹੋਊਗਾ? ਫਿਰ ਕਹਿਣਗੇ ਚਲੋ ਉੱਥੇ ਹੁਣ ਪਾਸਟਰ ਬਜਿੰਦਰ ਦੀ ਮੀਟਿੰਗ ਉਹ 'ਚ ਜਾਂਦੇ ਹਾਂ, ਉੱਥੇ ਨਰੂਲਾ ਦੀ ਮੀਟਿੰਗ ਉਹ 'ਚ ਜਾਂਦੇ ਹਾਂ, ਉੱਥੇ ਆਪੇ ਥੋੜੀ ਚੰਗਾਈ ਆ ਜਾਣੀ। ਹਾਲੇਲੂਇਆ। ਉੱਥੇ ਵੀ ਚੰਗਾਈ ਲੈਣ ਵਾਸਤੇ ਤੁਹਾਡਾ ਵਿਸ਼ਵਾਸ ਹੋਣਾ ਚਾਹੀਦਾ। ਰੱਬ ਜੀ ਲਿਖਿਆ, ਜਿੱਥੇ 2 ਜਾਂ 3 ਮੇਰੇ ਨਾਮ 'ਚ ਇਕੱਠੇ ਹੁੰਦੇ ਮਨਾਂ ਦੇ ਵਿਚਕਾਰ ਆ। 2 ਜਾਂ 3 ਹਜ਼ਾਰਾਂ ਦੀ ਭੀੜ ਨਹੀਂ, ਹਜ਼ਾਰਾਂ ਦੇ ਯਿਸੂ ਮਸੀਹ ਦੇ ਪਿੱਛੇ ਸੀ, ਪਰ ਪ੍ਰਭੂ ਦੀ ਨਜ਼ਰ ਜੱਕੀ ਨੂੰ ਲੱਭਦੀ ਸੀ ਕਿ ਅੱਜ ਮੈਨੂੰ ਖੋਜਣ ਵਾਲਾ ਕਿੱਥੇ ਬੈਠਾ ਹੈਗਾ ਆ। ਔਰ ਜੱਕੀ ਨੇ ਸੋਚਿਆ, ਔਰ ਸੋਚਣ ਤੋਂ ਬਾਅਦ 'ਚ ਕੀਤਾ, ਪਰਮੇਸ਼ਵਰ ਨੇ ਉਸੇ ਵੇਲੇ ਜੱਕੀ ਨੂੰ ਪੁਕਾਰਿਆ ਕਿ ਜੱਕੀ ਆਜ਼ਾ, ਅੱਜ ਤੇਰੇ ਘਰ ਜਾਣਾ ਬੜਾ ਜ਼ਰੂਰੀ ਹੈਗਾ ਆ, ਮੈਂ ਤੇ ਤੈਨੂੰ ਲੱਭਣ ਵਾਸਤੇ ਆਇਆ ਹੈਗਾ ਆ। ਤੂੰ ਉੱਪਰ ਗਿੱਦੜ ਚੜ੍ਹ ਕੇ ਵੇਖਦਾ ਹੈਗਾ, ਪ੍ਰਭੂ ਤੇ ਹਿਰਦਿਆਂ ਗੁਰਦਿਆਂ ਨੂੰ ਜਾਂਚਦਾ ਆ। ਪ੍ਰਭੂ ਨੂੰ ਪਤਾ ਸੀ ਕਿ ਅੱਜ ਮੇਰੀ ਕੋਈ ਉਡੀਕ ਕਰ ਰਿਹਾ ਹੈਗਾ ਆ, ਅੱਜ ਵੀ ਪ੍ਰਭੂ ਨੂੰ ਪਤਾ ਆ ਕਿਸ ਪਿੰਡ ਵਿੱਚ ਕੋਈ ਉਹਦੀ ਉਡੀਕ ਕਰ ਰਿਹਾ ਹੈਗਾ ਆ। ਇਸੇ ਕਰਕੇ ਪ੍ਰਭੂ ਕਰਦਾ ਆਪਣੇ ਦਾਸ ਲੋਕਾਂ ਨੂੰ ਲੈ ਕੇ ਆਉਂਦਾ, ਔਰ ਉਸ ਵਚਨ ਦੇ ਜ਼ਰੀਏ ਉਹਨਾਂ ਨੂੰ ਜੀਵਨ ਨੂੰ ਬਦਲਦਾ ਹੈਗਾ ਆ। ਅੱਜ ਪਰਮੇਸ਼ਰ ਇਸ ਪਿੰਡ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਲੱਭਦਾ ਫਿਰਦਾ ਹੈਗਾ ਆ, ਪਰ ਲੋਕ ਜਿਹੜੇ ਉਹ ਪ੍ਰਭੂ ਨੂੰ ਨਹੀਂ ਲੱਭਦੇ। ਤੁਹਾਡਾ ਸੋਚਣਾ, ਤੁਸੀਂ ਸੋਚਦੇ ਕੀ ਹੈਗੇ ਆ? ਸਾਰਾ ਦਿਨ ਬੈਠੇ ਸੋਚਦੇ ਕੀ ਹੈਗੇ ਆ? ਇੱਕ ਇੱਕ ਮਿੰਟ ਬਾਅਦ ਤੁਸੀਂ ਸੋਚਦੇ ਕੀ? ਚਰਚ 'ਚ ਬੈਠੇ ਹੋਏ ਵੀ ਅਸੀਂ ਸੋਚਦੇ ਕੀ ਆ? ਵਚਨ ਸੁਣਦੇ ਸਮੇਂ ਵੀ ਤੁਸੀਂ ਸੋਚਦੇ ਕੀ ਹੈਗੇ ਆ? ਤੁਹਾਡਾ ਮਨ ਕਿੱਥੇ ਗਿਆ ਹੈਗਾ? ਅੱਜ ਉਹ ਕਿੱਥੇ ਮਨ ਲੱਗਿਆ ਹੋਇਆ? ਜਾ ਕੇ ਇੱਕ ਪਹਿਲਾਂ ਉਹ ਮੈਂ ਸੁਣਦਾ ਨਹੀਂ ਸੀ ਕਿ ਭਜਨ ਬੋਲਦੇ ਸੀ ਨਾ, ਜੋਗੀ ਕੱਪੜੇ ਰੰਗਾਲੇ ਮਨ ਕਿਉਂ ਨਾ ਰੰਗਿਆ। ਅੱਜ ਅਸੀਂ ਵੀ ਉਦਾਂ ਦੇ ਕੰਮ ਕਰਦੇ ਹਾਂ, ਬਪਤਿਸਮਾ ਤੇ ਲੈ ਲਿਆ ਆ, ਪਰ ਮਨ ਬਦਲਿਆ ਹੀ ਨਹੀਂ। ਉਹ ਸੋਚ ਉੱਥੇ ਦੀ ਉੱਥੇ, ਪਹਿਲਾਂ ਵੀ ਉੱਥੇ ਸੀ, ਅੱਜ ਵੀ ਉੱਥੇ ਆ। ਫਿਰ ਆਣ ਕੇ ਕਹਿਣਗੇ, ਪਾਸਟਰ ਜੀ ਰੋਜੇ ਵੀ ਰੱਖੇ, ਪ੍ਰਾਰਥਨਾ ਵੀ ਕੀਤੀਆਂ, ਪਰ ਜਵਾਬ ਨਹੀਂ ਮਿਲਿਆ। ਯਾਦ ਰੱਖੋ, ਪਤੀਲਾ ਇੱਕ ਖੀਰ ਦਾ ਬਣਿਆ ਹੋਵੇ, ਧਿਆਨ ਨਾਲ ਸੁਣਿਓ, ਔਰ ਬਾਹਰੋਂ ਨਾਲੀ ਦੇ ਵਿੱਚੋਂ ਇੱਕ ਸੂਈ, ਜਿਹੜੀ ਸੂਈ ਉਹ ਡਬੋ ਕੇ ਲਿਆ ਕੇ ਉਸ ਖੀਰ ਦੇ ਵਿੱਚ ਪਾ ਕੇ ਉਹਨੂੰ ਮਿਕਸ ਕਰਕੇ ਤੁਹਾਨੂੰ ਸਭ ਨੂੰ ਦੇਈਏ, ਤੁਸੀਂ ਖਾ ਲਓਗੇ? ਮੈਂ ਤੁਹਾਨੂੰ ਸ਼ਰਤ ਨਾ ਕਹਿਣਾ, ਤੁਸੀਂ ਸੂਈ ਖੜੋ, ਨਾਲੀ 'ਚ ਡਬੋ, ਸੂਈ ਨੂੰ ਕੁਛ ਨਹੀਂ ਲੱਗੂਗਾ। ਪਰ ਮੈਂ ਤੁਹਾਡੇ ਸਾਹਮਣੇ ਉਹਨੂੰ ਵਿੱਚ ਡਬੋ ਕੇ ਫਿਰ ਉਹਨੂੰ ਘੋਲ ਕੇ ਤੁਹਾਨੂੰ ਖਾਓਗੇ? ਯਾਦ ਰੱਖੋ, ਅਸੀਂ ਇੱਕ ਸੂਈ ਦੀ ਗੰਦਗੀ ਵੀ ਬਰਦਾਸ਼ਤ ਨਹੀਂ ਖਾ ਨਹੀਂ ਸਕਦੇ ਹੈਗੇ, ਔਰ ਸਾਡੇ ਅੰਦਰ ਜਿਹੜੀ ਗੰਦਗੀ ਆ ਉੱਥੇ ਪਵਿੱਤਰ ਆਤਮਾ ਕਿੱਦਾਂ ਵਾਸ ਕਰੇ? ਅਸੀਂ ਸੋਚਦੇ ਹਾਂ ਕਿ ਪ੍ਰਭੂ ਮੇਰੇ ਜੀਵਨ ਦੇ ਵਿੱਚ ਕੰਮ ਕਰੇ, ਪਰ ਜੀਵਨ ਤੇ ਪ੍ਰਭੂ ਨੂੰ ਦਿੱਤਾ ਹੀ ਨਹੀਂ। ਜੱਕੀ ਨੇ ਸੋਚਿਆ ਕਿ ਅੱਜ ਯਿਸੂ ਮਸੀਹ ਨੂੰ ਵੇਖਣਾ ਆ, ਉਹਨੇ ਇਰਾਦਾ ਨਹੀਂ ਬਦਲਿਆ, ਚੱਲ ਕੋਈ ਨੀ, ਕੱਲ ਦੂਜੇ ਪਿੰਡ ਜਾਣਾ, ਉੱਥੇ ਵੇਖ ਲਊਗਾ ਮੈਂ। ਉਹਨੇ ਕਿਹਾ ਅੱਜ ਹੀ ਪ੍ਰਭੂ ਨੂੰ ਵੇਖਣਾ ਆ, ਐਸੇ ਘੜੀ ਪ੍ਰਭੂ ਨੂੰ ਵੇਖਣਾ ਆ, ਐਸੇ ਘੜੀ
ਅਸੀਂ ਸੋਚ ਸਕਦੇ ਪ੍ਰਭੂ ਮੈਨੂੰ ਅੱਜ ਹੀ ਚੰਗਾਈ ਚਾਹੀਦੀ ਆ, ਮੈਂ ਅੱਜ ਹੀ ਬਰਕਤ ਲੈਣੀ ਤੇਰੇ ਕੋਲੋਂ, ਮੈਂ ਅੱਜ ਹੀ ਜੀਵਨ ਦੇਣਾ ਤੈਨੂੰ ਪ੍ਰਭੂ, ਤਿਆਰ ਬੈਠਾ, ਬਸ ਅਸੀਂ ਮੰਗਣ ਵਾਲੇ ਨਹੀਂ ਹੈਗੇ, ਅਸੀਂ ਮੰਗਦੇ ਹੀ ਨਹੀਂ ਉੱਥੇ, ਸਾਡੀ ਨਜ਼ਰ ਹੀ ਨਹੀਂ ਹੈਗੀ ਚੱਕੀ ਵਾਲੀ, ਸਾਡਾ ਸੁਣਨਾ ਹੀ ਚੱਕੀ ਵਰਗਾ ਨਹੀਂ, ਸਾਡਾ ਸੋਚਣਾ ਉਹਦੇ ਵਰਗਾ ਨਹੀਂ ਆ, ਔਰ ਸਾਡਾ ਕਰਨਾ ਵੀ ਉਹਦੇ ਵਰਗਾ ਨਹੀਂ, ਮਤਲਬ ਤਿੰਨ ਚੀਜ਼ਾਂ, ਤੁਹਾਡਾ ਸੁਣਨਾ, ਸੋਚਣਾ ਔਰ ਕਰਨਾ, ਤੁਸੀਂ ਸੁਣਦੇ ਕੀ ਆ ਔਰ ਸੋਚਦੇ ਕੀ ਆ, ਜੱਗੀ ਨੇ ਕੀ ਕੀਤਾ ਹੈਗਾ, ਜੱਗੀ ਨੇ ਆਪਣਾ ਸਾਰਾ ਮਾਲ ਧਨ ਜੋ ਕੁਛ ਸੀ ਉਸ ਵੇਲੇ ਵੰਡ ਦਿੱਤਾ ਗਰੀਬਾਂ ਦੇ ਵਿੱਚ। ਕਈ ਵਾਰੀ ਜਦੋਂ ਅਸੀਂ ਜਾਂਦੇ ਹੈਗੇ, ਲੋਕ ਕਹਿੰਦੇ ਹੈਗੇ ਆ ਜੀ ਚਰਚ ਵਿੱਚ ਪੈਸੇ ਮਿਲਦੇ ਆ, ਬੜੇ ਸਾਰੇ ਲੋਕਾਂ ਦਾ ਸਵਾਲ ਹੁੰਦਾ ਆ ਕਿ ਚਰਚ ਵਿੱਚ ਨਾ ਪੈਸੇ ਦਿੰਦੇ ਹੈਗੇ ਆ, ਮੈਨੂੰ ਅੱਜ ਤੱਕ ਨਹੀਂ ਦਿੱਤੇ ਕਿਸੇ ਨੇ, ਬੜੇ ਸਾਰੇ ਲੋਕ ਹੈ ਸਾਡੇ ਅੱਜ ਵੀ ਜੋ ਚਰਚੇ ਲੋਕ ਉਹਨਾਂ ਨੂੰ ਕਹਿਣਗੇ ਅੱਛਾ ਤੂੰ ਚਰਚ ਗਿਆ ਤੈਨੂੰ ਬੰਟੀ ਨੇ ਪੈਸੇ ਦਿੱਤੇ ਹੋਣੇ ਆ, ਕੁਛ ਲੋਕ ਇਹ ਕਹਿੰਦੇ, ਕੁਛ ਲੋਕ ਕਹਿੰਦੇ ਚਰਚ ਵਾਲਿਆਂ ਧੰਦਾ ਬਣਾਇਆ ਬਿਜ਼ਨਸ ਕਰਦੇ ਆ, ਮੈਨੂੰ ਅੱਜ ਤੱਕ ਸਮਝ ਨਹੀਂ ਲੋਕਾਂ ਦੀ ਬੁੱਧ ਕਿੱਦਾਂ ਦੀ ਹੋਊਗੀ, ਉਹ ਖੁਦ ਡਿਸਾਈਡ ਨਹੀਂ ਕਰਦੇ ਕਿ ਚਰਚ ਵਾਲੇ ਬਿਜ਼ਨਸ ਕਰਦੇ ਆ ਜਾਂ ਪੈਸਾ ਵੰਡਦੇ ਆ। ਕਿਸੇ ਦਾ ਜੀਵਨ ਬਦਲਣ ਵਾਸਤੇ, ਮੇਰਾ ਜੀਵਨ ਬਦਲਣ ਲਈ ਮੈਨੂੰ ਕੋਈ ਪੈਸੇ ਦੇਵੇ ਤੇ ਜੀਵਨ ਬਦਲ ਸਕਦਾ ਆ? ਉਹ ਚੇਤਨ ਗਵਾਹੀ ਦੇਣ ਡਿਆ ਸੀ, ਉਹਨੂੰ ਪੈਸੇ ਦੇ ਕੇ ਹਟਾ ਸਕਦਾ ਕੋਈ ਨਸ਼ਿਆਂ ਤੋਂ? ਲੋਕੀ ਨਸ਼ਾ ਛਡਾਉਣ ਵਾਸਤੇ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਕਿੰਨਾ ਕਿੰਨਾ ਪੈਸਾ ਖਰਚ ਕਰਦੇ ਆ, ਔਰ ਉਹ ਮੁੰਡੇ ਬਾਹਰ ਆਣ ਕੇ ਫਿਰ ਵੀ ਨਸ਼ਾ ਹੀ ਕਰਦੇ ਆ। ਕਿ ਪੈਸਾ ਦੇਣ ਤੋਂ ਬਾਅਦ ਚ ਇੱਕ ਡਾਕਟਰ ਜਦੋਂ ਨਸ਼ਾ ਨਹੀਂ ਛਡਾ ਸਕਿਆ, ਤੇ ਪਰਮੇਸ਼ੁਰ ਦੇ ਲੋਕ ਪੈਸੇ ਦੇ ਕੇ ਕਿੱਦਾਂ ਕਿਸੇ ਦੇ ਨਸ਼ੇ ਛੁਡਾ ਸਕਦੇ ਆ? ਇਹ ਜੋ ਪਰਮੇਸ਼ੁਰ ਯਹੋਵਾ, ਉਹ ਯਿਸੂ ਮਸੀਹ, ਉਹ ਰਾਜਿਆਂ ਦਾ ਰਾਜਾ ਤੇ ਪ੍ਰਭੂਆਂ ਦਾ ਪ੍ਰਭੂ, ਉਹ ਮਨ ਵੇਖਦਾ ਆ, ਮਨ ਵੇਖਦਾ। ਤੁਹਾਡਾ ਮਨ ਕਿੱਥੇ ਆ? ਤੁਸੀਂ ਕੀ ਸੋਚ ਕੇ ਬੈਠੇ ਇਸ ਜਗਤ ਉੱਪਰ? ਉਹ ਪਰਮੇਸ਼ੁਰ ਦਾ ਜ਼ਿਆਦਾ ਜ਼ਰੂਰੀ ਸੀ, ਜੱਕੀ ਨੇ ਉਹੀ ਕੀਤਾ ਜੋ ਪ੍ਰਭੂ ਯਿਸੂ ਮਸੀਹ ਨੂੰ ਚਾਹੀਦਾ ਸੀ। ਪ੍ਰਭੂ ਨੂੰ ਕੀ ਚਾਹੀਦਾ ਸੀ? ਪ੍ਰਭੂ ਨੇ ਕਿਹਾ ਕਿ ਆਪਣਾ ਸਾਰਾ ਮਾਲ ਧਨ ਛੱਡ ਕੇ ਕੀ ਆ, ਮੇਰੇ ਪਿੱਛੇ ਆਓ। ਕੀ ਕਰੋ? ਆਪਣਾ ਸਭ ਕੁਛ ਛੱਡ ਕੇ ਅਸੀਂ ਚਰਚ ਕਾਹਦੇ ਵਾਸਤੇ ਜਾਂਦੇ ਆ? ਪੈਸੇ ਮੰਗਣ ਲਈ ਪ੍ਰਭੂ ਕੋ ਕਾਹਦੇ ਲਈ ਜਾਂਦੇ ਆ? ਪੈਸੇ ਮੰਗਣ ਲਈ। ਪ੍ਰਭੂ ਕੀ ਕਹਿੰਦਾ ਉਲਟਾ? ਧਰਤੀ ਦੇ ਧੰਨ ਨਾ ਜੋੜ। ਅਸੀਂ ਕਹਿੰਦੇ ਨਹੀਂ ਨਹੀਂ ਪ੍ਰਭੂ, ਧਰਤੀ ਤੇ ਚਾਹੀਦਾ, ਕੀੜੇ ਖਾ ਦੇਣ ਭਾਵੇਂ ਉਹਨੂੰ, ਪਰ ਮੈਨੂੰ ਚਾਹੀਦਾ ਆ। ਪ੍ਰਭੂ ਕਹਿੰਦਾ ਠੀਕ ਆ, ਤੈਨੂੰ ਜੀਵਨ ਨਹੀਂ ਚਾਹੀਦਾ। ਯਕੀ ਨੇ ਆਪਣਾ ਸਾਰਾ ਜਦੋਂ ਪੈਸਾ ਆ ਉਹ ਪ੍ਰਭੂ ਨੂੰ, ਪ੍ਰਭੂ ਦੇ ਕਹਿਣ ਤੇ ਵੰਡ ਦਿੱਤਾ ਹੈਗਾ। ਔਰ ਯਿਸੂ ਮਸੀਹ ਨੇ ਇੱਕ ਗੱਲ ਕਹੀ, ਅੱਜ ਇਸ ਘਰ ਦੇ ਵਿੱਚ, ਅੱਜ ਇਸ ਘਰ ਚ ਮੁਕਤੀ ਆਈ ਆ, ਅੱਜ ਇਸ ਘਰ ਚ ਉਧਾਰ ਆਇਆ, ਅੱਜ ਕੋਈ ਅਬਰਾਮ ਦਾ ਬੇਟਾ ਹੈ। ਹਾਲੇ ਲੋਈ ਆ, ਅੱਜ ਕੋਈ ਵੀ ਕੀ ਆ, ਅਬਰਾਮ ਦਾ ਬੇਟਾ ਆ। ਅਬਰਾਮ ਕਦੋਂ ਦੁਨੀਆਂ ਚ ਆਇਆ, ਉਹ ਚੱਕੀ ਕਦੋਂ ਜਨਮ ਲੈਂਦਾ ਹੈਗਾ ਆ, ਫਿਰ ਵੀ ਕੀ ਕਹਿੰਦਾ ਪਰਮੇਸ਼ੁਰ, ਅੱਜ ਤੋਂ ਵੀ ਕੀ ਆ, ਅਬਰਾਮ ਦਾ ਬੇਟਾ। ਅੱਜ ਮੈਂ ਔਰ ਤੁਸੀਂ ਵੀ ਅਬਰਾਮ ਦੇ ਬੇਟੇ ਬੇਟੀਆਂ ਬਣਨਾ ਚਾਹੁੰਦੇ ਆ, ਤੇ ਸਾਨੂੰ ਚੱਕੀ ਦੇ ਵਾਂਗੂ ਸਾਨੂੰ ਆਪਣਾ ਜੀਵਨ ਦੇਣਾ ਪੈਣਾ ਗਾ। ਨਾ ਆਪਣੀ ਬੁੱਧੀ ਤੇ ਘਮੰਡ ਕਰੋ, ਨਾ ਆਪਣੀ ਦੌਲਤ ਤੇ ਘਮੰਡ ਕਰੋ। ਦੌਲਤ ਵੀ ਜਿਹੜੀ ਮਿੰਟਾਂ ਸਕਿੰਟਾਂ ਚ ਖਤਮ ਹੋ ਜਾਂਦੀ ਹੈਗੀ ਆ। ਜੇ ਪੈਸੇ ਤੇ ਜ਼ਿਆਦਾ ਘਮੰਡ ਕਰੋਗੇ, ਮੰਨ ਲਓ ਲੋਕਾਂ ਨੂੰ ਜਾਣਦਾ, ਜਿਹੜੇ ਕਹਿੰਦੇ 1,00,000 ਰੁਪਈਆ ਮਹੀਨਾ ਘੱਟ ਆਉਂਦਾ ਆ, ਔਰ 70,000 ਡਾਕਟਰ ਨੂੰ ਦਿੰਦੇ ਆ, ਮੈਨੂੰ ਇਹ ਨਹੀਂ ਸਮਝ ਆਈ ਉਹ ਡਾਕਟਰ ਵਾਸਤੇ ਕਮਾਉਂਦੇ ਆ ਜਾਂ ਆਪਣੇ ਵਾਸਤੇ ਕਮਾਉਂਦੇ ਆ। ਹਾਲੇਲੂਇਆ, ਜੀਵਨ ਦੋ ਪ੍ਰਭੂ ਨੂੰ, ਪੂਰਾ ਜੀਵਨ, ਪੂਰਾ ਜੀਵਨ। ਹਰ ਸਮੇਂ ਬੰਦਗੀ ਆਰਾਧਨਾ ਦੇ ਵਿੱਚ ਰਹੋ, ਸਮੇਂ ਸਿਰ ਚਰਚ ਦੇ ਵਿੱਚ ਪਹੁੰਚੋ। ਅੱਜ ਚਰਚ ਦਾ ਸਮਾਂ ਮੰਨ ਲਓ ਹੋਵੇ 10 ਵਜੇ ਦਾ, ਅਸੀਂ 12 ਵਜੇ ਜਾਂਦੇ ਡੋਰ ਨਾਲ, ਪਾਸਟਰ ਕੀ ਕਹਿ ਲੂਗਾ? ਕੀ ਕਹਿ ਲੂਗਾ ਪਾਸਟਰ? ਪਾਸਟਰ ਜਿਹੜਾ ਸੋਚਦਾ ਤੰਗੀ ਤੈਨੂੰ ਹੋਣੀ ਪੋਤੇ ਕਿ ਦਿਨ, ਕਿਉਂਕਿ ਉਹਦੇ ਸਵੇਰੇ ਜਾ ਕੇ ਬਹਿ ਗਿਆ ਉੱਥੇ, ਉਹਦੇ ਆਪਣੇ ਸਮੇਂ ਸਿਰ ਪਹੁੰਚ ਗਿਆ। ਅੱਜ ਅਸੀਂ ਚੱਕੀ ਦਾ ਆਪਣਾ ਪੂਰਾ ਮਾਲ ਧਨ ਜਿਹੜਾ ਉਹ ਵੰਡ ਦਿੱਤਾ ਹੈਗਾ। ਅਸੀਂ ਚਰਚ ਵਿੱਚ ਜਾਂਦੇ, ਅਸੀਂ ਕਿੰਨਾ ਵੰਡਦੇ ਹਾਂ? ਅਸੀਂ 10 ਰੁਪਏ ਤੋਂ ਵੱਡਾ ਨੋਟ ਨਹੀਂ ਕਦੀ ਲੈ ਕੇ ਜਾਂਦੇ, ਪਰ 10 ਹੀ ਦੇਣੇ ਆ ਫਿਰ ਪਾਠ ਦੇ ਕਰਨੇ ਇੰਨੇ ਪੈਸੇ ਕਹਿ ਕੇ ਪਾਠ ਦੀ ਪ੍ਰਾਰਥਨਾ ਕਰੋ, ਗੱਡੀ ਲੈਣੀ, ਪਾਠ ਸੋਚਦਾ ਅੱਛਾ ਤੂੰ ਗੱਡੀ ਲੈ, ਪਰ ਇਹ ਵਾਸਤੇ ਕਿੰਨੇ ਤੇਰੇ ਕੋਲ? 10 ਰੁਪਏ। 10 ਤੋਂ ਵੱਡਾ ਨੋਟ ਸਾਡੀ ਜੇਬ ਚੋਂ ਨਿਕਲਦਾ ਨਹੀਂ ਹੈਗਾ। ਔਰ ਅਸੀਂ ਕਿਹਦੀ ਤਲਾਸ਼ ਚ ਆਏ ਆ? ਮੁਕਤੀ ਦੀ ਤਲਾਸ਼ ਵਿੱਚ, ਆਪਣੇ ਬਚਾਅ ਦੀ ਤਲਾਸ਼ ਦੇ ਵਿੱਚ। ਔਰ 10 ਰੁਪਏ ਵੀ ਕਈ ਏਦਾਂ ਤੋੜ ਮਰੋੜ ਕੇ ਲਿਆਉਂਦੇ, ਉਹ ਪਤਾ ਲੱਗਦਾ ਖੋਲਣ ਲੱਗਿਆ ਪਾਠ ਨੂੰ ਅੱਧਾ ਘੰਟਾ ਲੱਗ ਜਾਂਦਾ, ਕਈ ਉਹਨੂੰ ਬੈਠੇ ਬੈਠੇ ਪਿੱਛੇ ਪੈਸੇ ਹੀ ਮਰੋੜਦੇ ਰਹਿੰਦੇ। ਦੱਸੋ ਇਹਦਾ ਵਿਚਾਰੇ ਦਾ ਕੀ ਕਸੂਰ ਹੈਗਾ? ਸੱਚ ਅਸੀਂ ਕੀ ਸੋਚਦੇ ਹਾਂ? ਪ੍ਰਭੂ ਦੇ ਵਾਸਤੇ ਦਿਲ ਖੋਲੋ, ਦਿਲ ਖੋਲੋ ਪ੍ਰਭੂ ਦੇ ਵਾਸਤੇ। ਅੱਜ ਜੀਵਨ ਪ੍ਰਭੂ ਚਾਹੁੰਦਾ, ਜੀਵਨ ਤੁਹਾਡਾ ਜੀਵਨ ਚਾਹੁੰਦਾ। ਕਦੀ ਕਦੀ ਮੈਂ ਕੁਛ ਲੋਕਾਂ ਨੂੰ ਵੇਖਦਾ,
ਉਹ ਕਿਤੇ ਸੰਡੇ ਨੂੰ ਚਰਚ ਦੇ ਵਿੱਚ ਹੋਣ ਔਰ ਉਹਨਾਂ ਦੇ ਕੋਲ ਕਿਤੇ 100 ਦਾ ਨੋਟ ਹੋਵੇ ਜੇਬ ਦੇ ਤੂੰ ਵੇਖਣਗੇ ਪਹਿਲਾਂ ਚੈੱਕ ਕਰਨਗੇ ਅੱਛਾ ਅੱਜ ਤਾਂ ਹੰਦਾ ਲਿਆਂਦਾ ਨਹੀਂ 100 ਦਾ ਆ ਇਹ ਨਹੀਂ ਦੇਣਾ ਅਗਲੀ ਵਾਰ ਨੂੰ ਪਾ ਦਾਂਗੇ ਕਿਉਂ ਤੁਹਾਨੂੰ ਪਤਾ ਉਦੋਂ ਤੁਸੀਂ ਆਪਣੇ ਮਨ ਵਿੱਚ ਕੀ ਸੋਚਦੇ ਹੋ ਤੁਸੀਂ ਕੀ ਸੋਚਦੇ ਪਰਮੇਸ਼ਵਰ ਦੇ ਬਾਰੇ ਮੈਂ ਸੱਚ ਕਹਿੰਦਾ ਮੈਂ ਕੋਈ ਆਪਣੇ ਆਪ ਤੇ ਮੈਂ ਕੋਈ ਬਹੁਤ ਵੱਡਾ ਅਮੀਰ ਨਹੀਂ ਹੈਗਾ ਬਹੁਤ ਗਰੀਬ ਹਾਂ ਮੇਰੇ ਅੱਜ ਵੀ ਕਮਰੇ ਚੋਂ ਦੇ ਉੱਤੇ ਤਰਪਾਲ ਪਾ ਕੇ ਰਹਿੰਦਾ ਹੈਗਾ ਮੈਂ ਪਰ ਪ੍ਰਭੂ ਦੇ ਕੰਮਾਂ ਲਈ ਮੈਂ ਕਦੇ ਨਹੀਂ ਵੇਖਿਆ ਮੇਰੀ ਜੀਵ ਚੋਂ ਕੀ ਨਿਕਲਣਾ ਹੈ ਜੋ ਨਿਕਲ ਗਿਆ ਪਾ ਦੇਣਾ ਹੈ ਮੈਂ ਪ੍ਰਭੂ ਨੂੰ ਕਹਿੰਦਾ ਪ੍ਰਭੂ ਛੋਟੇ ਨੋਟ ਮੇਰੇ ਵਾਸਤੇ ਨਹੀਂ ਹੈਗੇ ਪ੍ਰਭੂ ਨੂੰ ਜੋ ਬੀਜਣ ਦੇ ਉਹੀ ਵੱਢਣਾ ਨਾ ਕਿਉਂਕਿ ਜੋ ਤੁਸੀਂ ਸੁਣਦੇ ਆ ਜੋ ਸੋਚਦੇ ਆ ਜੋ ਕਰਦੇ ਆ ਤੁਹਾਨੂੰ ਇਹ ਸੱਚਾ ਸ਼ੈਤਾਨ ਮਜਬੂਰ ਕਰਦਾ ਸੋਚ ਬਈ ਰਹਿਣ ਦੇ ਇੱਥੇ ਘਰ ਦੀ ਕੋਈ ਗੱਲ ਨਹੀਂ ਜਦੋਂ ਤੁਸੀਂ ਯਾਦ ਰੱਖੋ ਤੁਹਾਡੀ ਜੇਬ ਦੇ ਵਿੱਚ ਕਿਤੇ 100 ਦਾ ਨੋਟ ਉਹ ਦਿਨ ਪਰਮੇਸ਼ਰ ਚਾਹੁੰਦਾ ਸੀ ਤੁਸੀਂ ਆ ਚਿੰਨ੍ਹ ਹੀ ਦਿਓ ਇੱਥੇ ਅਸੀਂ ਉੱਥੇ ਕੁੱਟ ਦਿੱਤੇ 500 ਦਾ ਸੀ ਪਰਮੇਸ਼ਰ ਚਾਹੁੰਦਾ ਸੀ ਤੂੰ 500 ਹੀ ਦੇ ਕੇ ਜਾ ਇੱਥੇ ਪਰਮੇਸ਼ਰ ਚਾਹੁੰਦਾ ਸੀ ਪਰ ਤੁਸੀਂ ਨਹੀਂ ਦਿੱਤੀ ਹੈਗੀ ਉੱਥੇ ਇਸੇ ਕਰਕੇ ਸਾਨੂੰ ਕਿੱਥੋਂ ਮਿਲੂਗਾ ਅਸੀਂ ਕਹਿੰਦੇ ਪ੍ਰਭੂ ਨੂੰ ਦਵਾਂਗੇ ਨਾ ਪ੍ਰਭੂ 100 ਗੁਣਾ ਬਰਕਤ ਦਊਗਾ ਪ੍ਰਭੂ ਕਹਿੰਦਾ ਦਸਾਂ ਨਾਲ ਹੀ 100 ਗੁਣਾ ਮੰਗੀ ਜਾਂਦਾ ਹੈ ਦਸਾਂ ਦੇ ਨਾਲ 100 ਗੁਣਾ ਕਿੰਨਾ ਹੋ ਜਾਊਗਾ ਤੁਹਾਨੂੰ ਪਤਾ ਜਦੋਂ ਤੁਸੀਂ ਨਹੀਂ ਦਿੰਦੇ ਜੇਬ ਚ ਹੁੰਦਿਆਂ ਹੋਇਆ ਵੀ ਤੁਹਾਡੇ ਘਰ ਦੇ ਵਿੱਚ ਕਿਤੇ ਭਿਖਾਰੀ ਆ ਕੋਈ ਭਿਖਾਰੀ ਕੋਈ ਮੰਗਣ ਵਾਲਾ ਉਹ ਤੁਹਾਡੇ ਕੋਲ ਪੈਸੇ ਟੁੱਟੇ ਨਾ ਹੋਣ ਤੁਸੀਂ ਕੀ ਕਰੋਗੇ ਉਹਨੂੰ ਕੀ ਕਹਿੰਦੇ ਆ ਕੀ ਕਹਿੰਦੇ ਅਸੀਂ ਬੋਲ ਪੋ ਭੈਣਾਂ ਤੇ ਭਰਾਓ ਅਸੀਂ ਏਦਾਂ ਦੇ ਵੀ ਆ ਸਭ ਕੀ ਕਹਿੰਦੇ ਅਸੀਂ ਉਹਨੂੰ ਅੱਗੇ ਜਾ ਯਾਦ ਰੱਖੋ ਤੁਸੀਂ ਉਸ ਸਮੇਂ ਪਰਮੇਸ਼ਵਰ ਨੂੰ ਏਦਾਂ ਦਾ ਹੀ ਸਮਝਦੇ ਉਸ ਟਾਈਮ ਤੇ ਅਸੀਂ ਪਰਮੇਸ਼ਵਰ ਨੂੰ ਏਦਾਂ ਦਾ ਹੀ ਸਮਝਦੇ ਟੁੱਟੀ ਨਹੀਂ ਹੈਗੀ ਗਾਂ ਜਾ ਅਗਲੇ ਬੰਦੇ ਕੋ ਲੈ ਜਾ ਇੱਕ ਕੋ ਹੈਗੀ ਪ੍ਰਭੂ ਬਰਕਤ ਵੀ ਕਿਹਨੂੰ ਦਊਗਾ ਫਿਰ ਪਰਮੇਸ਼ਵਰ ਭਿਖਾਰੀ ਨਹੀਂ ਆ ਪਰਮੇਸ਼ਵਰ ਨੂੰ ਤੁਹਾਡੇ ਪੈਸੇ ਨਹੀਂ ਚਾਹੀਦੇ ਹੈਗੇ ਪਰਮੇਸ਼ਵਰ ਦਾ ਦਿਲ ਵੇਖਦਾ ਆ ਪੈਸੇ ਜਿਹੜੇ ਖਰਚ ਹੁੰਦੇ ਉਹਦੇ 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 ਦਾਸ ਦੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਚਰਚ ਦੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਸਾਨੂੰ ਕਿਤੇ ਗਰਮੀਆਂ 'ਚ ਪੱਖੇ ਤੇ ਚਾਹੀਦੇ ਆ ਦਸਾਂ ਰੁਪਈਆਂ 'ਚ ਬਾਟ ਦੀ ਪੁਰਾਣਾ ਹੈਗੀ ਗਰਮੀ ਬੜੀ ਲੱਗਣ ਡਈ ਸੀ ਆਰਡਰ ਸੋਚਿਆ ਦਸਾਂ ਦਾ ਪੱਖਾ ਕਿੱਥੋਂ ਮਿਲਦਾ ਹੁਣ ਅੱਜ ਕੱਲ੍ਹ ਤੇ ਚੱਲੇ ਨਿੱਕੇ ਨਿੱਕੇ ਜੇ ਸੱਲਾਂ ਵਾਲੇ ਉਹ ਸਭ ਨੂੰ ਮੈਂ ਚੋਣਾਂ ਕੇ ਲਿਆਣ ਕੇ ਦਿੱਤੀ ਜਾਂਦੀ ਦਰੀਆਂ ਤੇ ਚਾਹੀਦੀਆਂ ਹੈਗੀਆਂ ਆ ਗੱਡੇ ਤੇ ਚਾਹੀਦੇ ਸਿਆਲ ਦੇ ਵਿੱਚ ਪਰ ਚਰਚ ਦੀ ਜ਼ਿੰਮੇਵਾਰੀ ਕੋਈ ਚੁੱਕਣ ਨੂੰ ਤਿਆਰ ਨਹੀਂ ਮੋਬਾਈਲ ਬੜੇ ਪਾਠ ਜੀ ਮੋਬਾਈਲ ਲਿਆ 20,000 ਦਾ ਪ੍ਰਾਰਥਨਾ ਕਰ ਦਿਓ ਉਹ ਅਸੀਂ ਜ਼ਰੂਰ ਦੱਸਾਂਗੇ ਪਾਠ ਜੀ ਆਹ ਚੀਜ਼ ਲੈ ਲਈ ਮੈਂ ਕੀ ਪ੍ਰਾਰਥਨਾ ਕਰ ਦਿਓ ਔਰ ਚਰਚ ਦੇ ਵਾਸਤੇ ਪਰਮੇਸ਼ਵਰ ਦੇ ਵਾਸਤੇ ਸਾਡੇ ਕਿਤੇ ਵਿਆਹ ਸ਼ਾਦੀਆਂ ਹੋਣ ਤੇ ਅਸੀਂ ਕਰਜ਼ਾ ਚੁੱਕ ਕੇ ਜਾਂਦੇ ਹਾਂ ਵੱਡਾ ਦੇਣਾ ਅਜੇ ਨਾ ਕਿਤੇ ਪਾਠ ਕਹੇ ਵੱਡਾ ਦੇਣਾ ਦਿਲ ਖੋਲ ਕੇ ਸੇਵਾ ਕਰੋ ਪਾਠ ਜੀ ਨਹੀਂ ਆ ਬਸ 200 ਮਿਲੇ ਹੀ ਨਹੀਂ ਕਿਤੇ ਔਰ ਵਿਆਹ ਜਾਣਾ ਹੋਵੇ ਚੁੱਕ ਲਓ ਵਿਆਜੀ ਕੋਈ ਨੀ ਤਾਰ ਦਾਂਗੇ ਹੌਲੀ ਹੌਲੀ ਹਾਲੇ ਲੋਈ ਆ ਹਾਲੇ ਲੋਈ ਆ ਤੁਹਾਡਾ ਸੁਣਨਾ ਸੋਚਣਾ ਔਰ ਕਰਨਾ ਜੇ ਉਧਾਰ ਪਾਉਣਾ ਮੁਕਤੀ ਪ੍ਰਾਪਤ ਕਰਨੀ ਆ ਤੇ ਜੀਵਨ ਪ੍ਰਭੂ ਨੂੰ ਦੋ ਦਿਲ ਖੋਲ ਕੇ ਤੁਹਾਡਾ ਕੀ ਰਾਤਾ ਕਿ ਚੱਕੀ ਤੋਂ ਬਾਅਦ ਚ ਪੈਸੇ ਮੁੱਕ ਗਏ ਹੋਣਗੇ ਜਿਹਨੇ ਪਰਮੇਸ਼ਵਰ ਜੀ ਦੀ ਜ਼ਿੰਦਗੀ ਵਿੱਚ ਆ ਗਿਆ ਉਹਦੇ ਕੋਲ ਤੇ ਸਭ ਕੁਛ ਹੀ ਆ ਜਾਂਦਾ ਸਭ ਕੁਛ ਹੀ ਸਭ ਤੋਂ ਪਹਿਲਾਂ ਆਪਣੇ ਘਰਾਂ ਦੇ ਚੋਂ ਲੜਾਈ ਝਗੜੇ ਜਿਹੜੀਆਂ 9 ਸਾਥੀ ਕਦੀ ਨਹੀਂ ਬਣਦੀ ਹੈਗੀ ਆ ਜਿੱਥੋਂ ਤੱਕ ਆਵਾਜ਼ ਜਾਂਦੀ ਹੋਰ ਵੀ ਜਿਹੜੇ ਭੈਣ ਭਰਾ ਜਿਹੜੇ ਚਰਚ ਜਾਣ ਵਾਲੇ ਹੈਗੇ ਜਿਹੜੇ ਏਦਾਂ ਦੇ ਅਜੇ ਵੀ ਹੈਗੇ ਆ ਜੇ 9 ਸਾਥੀ ਨਹੀਂ ਬਣਦੀ ਤੇ ਅੱਜ ਹੀ ਜਾ ਕੇ ਸੁਲਾ ਸਫਾਈ ਕਰੋ ਜੇ ਦਰਾਣੀ ਖਾਣੀ ਨਹੀਂ ਬਣਦੀ ਤੇ ਅੱਜ ਹੀ ਸੁਲਾ ਸਫਾਈ ਕਰੋ ਜੇ ਨਨਾਣ ਭਰਜਾਈ ਦੀ ਨਹੀਂ ਬਣਦੀ ਤਾਂ ਵੀ ਸੁਲਾ ਸਫਾਈ ਕਰਨ ਨਹੀਂ ਜੇ ਬਾਬ ਚ ਲਿਖਿਆ ਤੁਸੀਂ ਨਸ਼ਟ ਹੋ ਜਾਓਗੇ ਪਰਮੇਸ਼ਰ ਨਹੀਂ ਕਦੀ ਵੀ ਚਾਹੁੰਦਾ ਹੈਗਾ ਤੁਸੀਂ ਏਦਾਂ ਦੇ ਬਣੋ ਕਦੀ ਨਹੀਂ ਚਾਹੁੰਦਾ ਹੈਗਾ ਇੱਕ ਇੱਕ ਬਹੁਤ ਹੀ ਵਧੀਆ ਇੱਕ ਕਹਾਣੀ ਹੈਗੀ ਮੈਂ ਸੁਣਾਊਂਗਾ ਉਸ ਤੋਂ ਬਾਅਦ ਅਸੀਂ ਪ੍ਰਾਰਥਨਾ ਕਰਾਂਗੇ ਇੱਕ ਵਾਰ ਇੱਕ 9 ਸੱਸ ਦੇ ਵਿੱਚ ਕਹਿੰਦੇ ਬੜੀ ਲੜਾਈ ਰਹਿੰਦੀ ਸੀ ਉਹ ਕਹਿੰਦੇ ਸੀ ਬਸ 9 ਕਹਿੰਦੀ ਸੀ ਕਿ ਮੈਂ ਬਹੁਤ ਵੱਡੀ ਹਾਂ ਸੱਸ ਕਹਿੰਦੀ ਮੈਂ ਬਹੁਤ ਤਕੜੀ ਹੈਗੀ ਦੋਵਾਂ ਨੇ ਰੋਜ਼ ਫਾਈਟ ਸਵੇਰੇ ਉੱਠਦੇ ਆ ਸਾਰੀ ਲਗਾਤਾਰ ਲੜਾਈ ਝਗੜਾ ਕੋੜ ਜਿਹਨਾਂ ਦੇ ਬੁਗੜੀ ਵੀ ਨੀ ਕਰਦੀ ਜਿੰਨਾ ਸਾਡੇ ਲੋਕ ਕਰਦੇ ਰਹਿੰਦੇ ਹੈਗੇ ਉਹਨਾਂ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਲੜਾਈ ਜਨਮ ਦਿੱਤਾ ਇਹਦੇ ਨਾਲ ਜ਼ਿੰਦਗੀ ਕਰਨੀ ਹੁਣ ਕਿਹਦੀ ਮੰਨਾਂ ਜੇ ਮੰਨ ਲਓ
ਅੱਜ ਅਸੀਂ ਕਹਿੰਦੇ ਹੈਗੇ ਜੀ ਆਪਣੀ ਮਾਂ ਨੂੰ ਛੱਡ ਦੋ, ਕੱਲ ਨੂੰ ਮੇਰਾ ਮੁੰਡਾ ਵੱਡਾ ਹੋ ਕੇ ਕੀ ਕਹੂਗਾ। ਮੇਰਾ ਵੀ ਮੁੰਡਾ ਹੈ ਨਾ, ਮੇਰੇ ਦੋ ਮੁੰਡੇ ਆ, ਇੱਕ ਕੁੜੀ ਆ, ਮੇਰੇ ਮੁੰਡੇ ਵੀ ਉਹਦੀ ਆਪਣੀ ਘਰ ਦੀ ਕਹੂਗੀ ਆਪਣੇ ਮਾਂ ਪਿਓ ਨੂੰ ਛੱਡ ਦੇ, ਮੈਂ ਨੀ ਕਹਿਣਾ ਇਹਨਾਂ ਦੇ ਨਾਲ, ਕਿਉਂਕਿ ਜੋ ਵਿਕਾਂਗੇ ਉਹ ਤਾਂ ਵੱਢਣਾ ਪੈਣਾ। ਅਸੀਂ ਕਦੀ ਕਦੀ ਅੱਛਾ ਇੱਕ ਗੱਲ ਹੈ ਕਿ ਮੇਰੀ ਘਰ ਦੀ ਜਦੋਂ ਸਾਡੇ ਜੀ ਲੜਾਈ ਹੁੰਦੀ ਸੀ ਨਾ, ਤੇ ਮੈਂ ਆਪਣੀ ਘਰ ਦੀ ਨੂੰ ਕਹਿਣਾ ਮੰਮੀ ਦੀ ਇੱਜ਼ਤ ਕਰਿਆ ਕਰ, ਤੇਰੇ ਵੀ ਦੋ ਮੁੰਡੇ, ਤੂੰ ਵੀ ਨੌਵਾਂ ਲਿਆਉਣੀਆਂ ਨੇ, ਕਹਿਣਾ ਮੰਮੀ ਲਿਆਉਂਗੀ ਨੌਵਾਂ, ਪਰ ਇੱਦਾਂ ਨੀ ਰੱਖੂੰਗੀ। ਆ ਮੇਰੀ ਘਰ ਵਾਲੀ ਇੱਥੇ ਬੈਠੀ ਹੈਗੀ ਪਿੱਛੇ, ਇਹਨੇ ਕਹਿਣਾ ਇੱਦਾਂ ਨੀ ਰੱਖੂੰਗੀ, ਮੈਂ ਰੱਖ ਕੇ ਦਿਖਾਉ ਨੌਵਾਂ ਕਿੱਦਾਂ ਰੱਖੀ ਦੀਆਂ। ਮੈਂ ਕਿਹਾ ਸੇਮ ਇਹੀ ਗੱਲ, ਸੇਮ ਇਹੀ ਡਾਇਲੋਗ ਜਿਹੜਾ ਸੀ ਮੇਰੀ ਮੰਮੀ ਵੀ ਮੇਰੀ ਦਾਦੀ ਨੂੰ ਕਹਿੰਦੀ ਹੁੰਦੀ ਸੀ ਕਿ ਮੈਂ ਨੌਵਾਂ ਰੱਖ ਕੇ ਦਿਖਾਉਂਗੀ। ਰਹੀਆਂ ਮੈਂ ਨਹੀਂ ਨਹੀਂ ਰਹੀਆਂ ਨਾ ਇੱਦਾਂ ਦੀਆਂ, ਮੈਂ ਕਿਹਾ ਆਪਾਂ ਨੂੰ ਵੀ ਮਿਲਣੀਆਂ ਮੁੜ ਕੇ। ਚਲੋ ਹੁਣ ਪ੍ਰਭੂ ਕਿਰਪਾ ਕਰੀ, ਹੁਣ ਪ੍ਰਭੂ ਦੀਆਂ ਕੋਈ ਚੰਗੇ ਹੋਏ ਤੇ ਤੁਹਾਡੇ ਬੱਚੇ ਹੋਣੇ ਛੋਟੇ ਹੋਏ ਤੇ ਕਿਤੇ 20 ਸਾਲ ਲੰਘ ਜਾਣੇ ਉਹਨਾਂ ਦੇ ਵਿਆਹਾਂ ਨੂੰ, ਉਦੋਂ ਨੂੰ ਪ੍ਰਭੂ ਨੇ ਪਤਾ ਨੀ ਕੀ ਯੋਜਨਾ ਹੋਣੀ ਆ। ਉਹ ਨੌ ਸਾਲ ਦੀ ਬੜੀ ਲੜਾਈ ਸੀ, ਔਰ ਜਿਹੜੀ ਨੌ ਸੀ ਉਹ ਇੱਕ ਜਣਾ ਲੜ ਕੇ ਆਪਣੇ ਘਰ ਨੇ ਨਾ ਆਪਣੇ ਪੇਕਿਆਂ ਦੇ ਘਰ ਚਲੀ ਗਈ। ਜੋ ਡਾਕਟਰ ਸੀ ਕਹਿੰਦੀ ਪਿਤਾ ਜੀ ਮੈਨੂੰ ਜ਼ਹਿਰ ਦੋ ਆਪਣੀ ਸੱਸ ਨੂੰ ਦੇਣਾ ਚਾਹੀਦਾ। ਪਿਓ ਹੁਣ ਕਿੱਦਾਂ ਕਵੇ, ਤੂੰ ਕਹਿੰਦਾ ਨਹੀਂ ਪੁੱਤਰ ਤੂੰ ਆਪਣੀ ਸੱਸ ਨੂੰ ਜ਼ਹਿਰ ਦੇ ਦਿੱਤਾ, ਉਹ ਮਰ ਗਈ, ਤੈਨੂੰ ਫੜ ਕੇ ਲੈ ਜਾਣਗੇ ਪੁਲਿਸ ਵਾਲੇ, ਤੇ ਮੈਂ ਕਿੱਦਾਂ ਆਪਣੇ ਹੱਥੀਂ ਤੇਰੇ ਨਾਲ ਇਹੋ ਕੰਮ ਕਰਾ ਦੇ। ਉਹ ਕਹਿੰਦੇ ਕੁਛ ਵੀ ਹੋ ਜੇ ਮੈਨੂੰ ਤੁਸੀਂ ਜ਼ਹਿਰ ਦਿਓ, ਨਹੀਂ ਤੇ ਮੈਂ ਉਸ ਘਰ ਨਹੀਂ ਵੜਨਾ। ਪਿਓ ਸਾਰੀ ਰਾਤ ਸੋਚਦਾ ਰਿਹਾ ਕੀ ਕਰਾਂ, ਹੁਣ ਕੁੜੀ ਵੀ ਵਸਾਉਣੀ ਆ। ਸੋਚ ਕੇ ਕਹਿੰਦਾ ਪੁੱਤ ਠੀਕ ਆ, ਆ ਦਵਾਈ ਲੈ ਜਾ, ਇਹ 6 ਮਹੀਨਿਆਂ ਦੀ ਦਵਾਈ ਆ, ਇਹਦੇ 'ਚ ਜ਼ਹਿਰ ਪਾ ਦਿੱਤਾ ਮੈਂ ਥੋੜ੍ਹਾ ਥੋੜ੍ਹਾ, ਪਰ ਤੇਰੀ ਸੱਸ ਨੂੰ ਮਰਦਿਆਂ ਮਰਦਿਆਂ 6 ਮਹੀਨੇ ਲੱਗਣੇ ਆ, ਕਿਉਂਕਿ ਜੇ ਤੂੰ ਅੱਜ ਹੀ ਦੇਤੀ ਅੱਜ ਹੀ ਮਰ ਗਈ ਤਾਂ ਮੁੜ ਕੇ ਉਹਨੇ ਤੈਨੂੰ ਪੁੱਛਣਾ ਵੀ ਇਹ ਜਨਾਨੀ ਮਰਗ ਤਾਂ ਕਿ ਉਹਦਾ ਪੋਸਟਮਾਰਟਮ ਹੋਊਗਾ, ਉਹ ਤੈਨੂੰ ਪੁਲਿਸ ਲੈ ਜਾਊਗੀ। ਇਹ 6 ਮਹੀਨੇ ਦਵਾਈ ਆ, ਔਰ 6 ਮਹੀਨੇ ਤੈਨੂੰ ਇੱਕ ਸ਼ਰਤ ਆ। ਉਹਨੇ ਪੁੱਛਿਆ ਕੀ, ਕਹਿੰਦਾ ਤੈਨੂੰ ਆਪਣੀ ਸੱਸ ਦੀ ਸੇਵਾ ਕਰਨੀ ਪੈਣੀ, ਉਹਨੂੰ ਰੋਜ਼ ਉੱਠ ਕੇ ਉਹਨੂੰ ਮੰਮੀ ਜੀ ਕਰਿਆ ਕਰ, ਉਹਦੇ ਕੱਪੜੇ ਧੋ, ਉਹਦੀਆਂ ਲੱਤਾਂ ਪਾਵਾਂ ਘੁੱਟ, ਉਹਨੂੰ ਪਿਆਰ ਕਰ, ਜੇ ਪਰੌਂਠੇ